और दुनिया के हर कोने में बैठे सारे ही सत्कारयोग पंजाबियों नू मेरे वल्लों जनी की तुहाडे अपने दोस्त ते होस्ट गुरजीत सिंह वल्लों एक बार फिर तो तुहाडा सारयां दा रेडियो चन परदेसी दे वेड़े दे विच स्वागत किया जाता जी। जी हां आख्या जाता प्यार भरी सत श्री अकाल आदाब ते नमस्कार आखदिया ते हाजरा जी तुहाडा अपना प्रोग्राम लैके शो गुरजीत दा। अज जी तारीख 2 जुलाई सन 2021 सब तो पहला चलदिया अज दे पिछोकड़ इतिहास दे उते मारदिया अज दे दिन वल पिछोकड़ ते चाती ए सीगा जी अज दे दिन दा पिछोकड़ इतिहास ते हुण गल करदिया अपने अज दे शो दी गलबात। जिवें कि तुसी सारे जानदे हो कि दिन अज हैगा जी फ्राइडे ते जदों फ्राइडे आंदा जी फिर किते ना किते साडे जहन दे विच डाक्टर शेर सिंह जरूर आंदे ने ते जदों कि जिवें तुहानू सारयां नू पता है कि अज दिन शुक्रवार नू डाक्टर शेर सिंह मंडेर जी साडे नाल वख-वख विषयां दे उत्ते अपनी हाजरी लगवांदे ने क्योंकि दुनिया दे विच हर एक इंसान किते ना किते किसे ना किसे बीमारी तों अपने किते ना किते इलाज दे विच दुविधा विच भज्जिया फिरदा है पर किते ना किते हर परिवार दे विच हर घर दे विच हर एक इंसान दे हत्थ दे विच गोलियां दा थब्बा जरूर हैगा। कहिंदे ने अज कई पिंडां दे विच लैट आ रही है जां नहीं आ रही पर शाम नू सौण तों पहलां 2-4 गोलियां खा के जरूर सौंदे ने तां जो किते ना किते नींद जरूर आ जावे ते क्योंकि गल करन वास्ते जी अज साडे नाल होणगे डाक्टर शेर सिंह मंडेर ते अज दा विशा जी दमा यानी कि अस्थमा ते जेकर तुसी भी दमे जां अस्थमे दे नाल संबंधित कोई भी गल्लबात करनी चाहुंदे हो जां फिर किसी भी तरह दा उस दा इलाज संबंध लेना चाहुंदे हो ਤਾਂ ਗੱਲਬਾਤ ਕਰਨ ਵਾਸਤੇ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ। ਯੂਨਾਈਟਿਡ ਸਟੇਟ ਤੋਂ 8156760004 ਕੈਲੀਫੋਰਨੀਆ 559512128 ਵੈਨਕੂਵਰ 778819 6383 ਆਸਟ੍ਰੇਲੀਆ 03901344 19 ਹਾਂਗਕਾਂਗ 8170013 6 United Kingdom 32872145 UK 33099811109 ਤੇ ਭਾਰਤ ਦਾ ਨੰਬਰ ਹੈ ਜੀ 9888909139 ਇਹਨਾਂ ਨੰਬਰਾਂ ਦੇ ਰਾਹੀਂ ਤੁਸੀਂ ਅੱਜ ਗੱਲਬਾਤ ਕਰ ਸਕਦੇ ਹੋ ਦਮੇ ਦੇ ਉੱਤੇ ਜਾਨੀ ਕਿ ਅਸਥਮੇ ਉੱਤੇ ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਗੱਲਬਾਤ ਕਰਨ ਵਾਸਤੇ 9888909139 ਰੇਡੀਓ ਚੰਨ ਪ੍ਰਦੇਸ਼ੀ ਦੇ ਉੱਤੇ ਕਾਲ ਕਰ ਸਕਦੇ ਹੋ ਜੀ ਤੇ ਜਦੋਂ ਤੱਕ ਮੈਂ ਡਾਕਟਰ ਸਾਹਿਬ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਕਰਦਾ ਤੁਸੀਂ ਸੁਣੋ ਇੱਕ ਗੀਤ। ਇਸ ਤੋਂ ਪਹਿਲਾਂ ਜਿਹੜਾ ਗੀਤ ਚੱਲਿਆ ਸੀਗਾ ਜੀ ਚਰਖੇ ਦੇ ਹਰ ਹਰ ਗੇੜੇ ਉਹ ਗੀਤ ਦੀ ਫਰਮਾਇਸ਼ ਕੀਤੀ ਸੀਗੀ ਜੀ ਰਾਮਪੁਰਾ ਫੂਲ ਤੋਂ ਯਸ਼ਪਾਲ ਸ਼ਰਮਾ ਜੀ ਨੇ ਤੇ ਹੁਣ ਜਿਹੜਾ ਗੀਤ ਚਲਾਉਣ ਲੱਗਿਆ ਜੀ ਇਹਦੇ ਬਾਰੇ ਵੀ ਦੱਸੂਗਾ ਤੇ ਇਸ ਦੀ ਫਰਮਾਇਸ਼ ਕਿਸਨੇ ਕੀਤੀ ਹੈ ਪ੍ਰੋਗਰਾਮ ਦੇ ਗੀਤ ਤੋਂ ਬਾਅਦ ਤੇ ਸੁਣਦੇ ਫਿਰ ਇਹ ਗੀਤ ਤੇ ਫਿਰ ਉਸ ਤੋਂ ਬਾਅਦ ਡਾਕਟਰ ਸ਼ੇਰ ਸਿੰਘ ਮੰਡੇਰ। ਬਿਲਕੁਲ ਜੀ ਕਹਿੰਦੇ ਨੇ ਕਿਹੜੇ ਸਾਨੂੰ ਯਾਦ ਨੇ ਤੇ ਕਿਹੜੇ ਸਾਡੇ ਨਾਲ ਖਲੋਏ ਨੇ ਇਹ ਤਾਂ ਅਸੀਂ ਅਕਸਰ ਹੀ ਸੁਣਦੇ ਰਹਿੰਦੇ ਹਾਂ ਤੇ ਨਾਲ ਨਾਲ ਗੱਲ ਬਾਰੇ ਕਰੀਏ ਜੀ ਜੇਕਰ ਕਿਤੇ ਨਾ ਕਿਤੇ ਅੱਜ ਦੇ ਦੌਰ ਦੀ ਤਾਂ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਉਸ ਦੇ ਵਿੱਚ ਬਿਜਲੀ ਦੇ ਕੱਟਾਂ ਨੇ ਬਹੁਤ ਸਾਰੇ ਪਿੰਡਾਂ ਤੇ ਬਹੁਤ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਸ ਨਾਲ ਪ੍ਰਭਾਵਿਤ ਕਰ ਦਿੱਤਾ ਤੇ ਇਸੇ ਕਰਕੇ ਇਸ ਗੀਤ ਦੀਆਂ ਜਿਹੜੀਆਂ ਲਾਈਨਾਂ ਸੀ ਉਸ ਦੇ ਨਾਲ ਜੁੜਦੀਆਂ ਸੀ ਵੀ ਕੌਣ ਕੌਣ ਇਸ ਪੰਜਾਬੀਆਂ ਦੇ ਪੰਜਾਬ ਦੇ ਨਾਲ ਕਿਹੜਾ ਕਿਹੜੀ ਸਰਕਾਰਾਂ ਖੜਦੀਆਂ ਨੇ ਕੌਣ ਕੌਣ ਉਹਨਾਂ ਦੇ ਹੱਕਾਂ ਦੇ ਵਾਸਤੇ ਖੜਦਾ ਤੇ ਜਾਂ ਫਿਰ ਕੌਣ ਕੌਣ ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਕਿਉਂਕਿ ਅੱਜ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡਾ ਦੁਖਾਂਤ ਅੱਜ ਦੇ ਸਮੇਂ ਦੇ ਵਿੱਚ ਬਿਜਲੀ ਦੇ ਪਾਵਰ ਕੱਟ ਨੇ ਜਿਨ੍ਹਾਂ ਕਰਕੇ ਕਿਸਾਨ ਵੀ ਪਰੇਸ਼ਾਨ ਤੇ ਲੋਕ ਵੀ ਪਰੇਸ਼ਾਨ ਤੇ ਜਿਹੜਾ ਇਹ ਗੀਤ ਸੀਗਾ ਜੀ ਸਾਨੂੰ ਯਾਦ ਆਉਂਦੇ ਨੇ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਲਵਦੀਪ ਸਿੰਘ ਕਲਮਾਣੋ ਨੇ ਤੇ
ਹੁਣ ਗੱਲ ਕਰਦੇ ਆ ਜੀ, ਕਹਿੰਦੇ ਨੇ ਕਿਤੇ ਨਾ ਕਿਤੇ ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਅੱਜ ਕੱਲ ਜੇਕਰ ਤੁਰਿਆ ਫਿਰਦਾ ਵੀ ਜਾਂਦਾ ਨਾ ਤਾਂ ਉਸ ਨੂੰ ਸਾਹ ਜ਼ਰੂਰ ਚੜੀ ਜਾਂਦਾ, ਤੇ ਜਦੋਂ ਸਾਹ ਚੜਦਾ ਫਿਰ ਉਹ ਸਾਹ ਚੜਦੇ ਕਿਤੇ ਨਾ ਕਿਤੇ ਉਸ ਇਨਸਾਨ ਦਾ ਜਿਹੜਾ ਸਾਹ ਫੁੱਲਣ ਲੱਗ ਜਾਂਦਾ, ਪਰ ਜਦੋਂ ਉਹ ਸਾਹ ਫੁੱਲਦਾ ਫਿਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਬੜਾ ਔਖਾ ਮਹਿਸੂਸ ਕਰਦਾ। ਤੇ ਜਿਵੇਂ ਕਿ ਕਈ ਵਾਰ ਗੱਲਾਂ ਬਾਤਾਂ ਕਰਦੇ ਕਰਦੇ ਹਰ ਇੱਕ ਦੌਰ ਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਵੀ ਗੱਲਬਾਤ ਕਿਸ ਨਾਲ ਕਰਨੀ ਸੀ ਤੇ ਕਦੋਂ ਕਰਨੀ ਸੀ, ਪਰ ਜਦੋਂ ਵੀ ਅਸੀਂ ਗੱਲਬਾਤ ਕਰਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਫਿਰ ਸਾਡੇ ਨਾਲ ਜਦੋਂ ਡਾਕਟਰ ਸ਼ੇਰ ਸਿੰਘ ਮੰਡੇਰ ਜੀ ਜੁੜ ਚੁੱਕੇ ਨੇ, ਕਿਉਂਕਿ ਮੈਂ ਵੀ ਤੁਹਾਨੂੰ ਸਹੀ ਸੱਚ ਦੱਸਾਂ ਜੀ ਵੀ ਮੈਂ ਵੀ ਗੀਤਾਂ ਦੇ ਵਿੱਚ ਐਸਾ ਉਲਝ ਗਿਆ ਸੀ ਕਿ ਮੈਂ ਡਾਕਟਰ ਸਾਹਿਬ ਨੂੰ ਕਾਲ ਮਿਲਾ ਰਿਹਾ ਸੀ, ਕਾਲ ਕੱਟ ਗਈ, ਫਿਰ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ ਤੇ ਮੈਂ ਹੁਣ ਕਾਲ ਗੱਲਾਂ ਬਾਤਾਂ ਦੇ ਵਿੱਚ ਹੀ ਮਿਲਾਈ ਹੈ ਤੇ ਡਾਕਟਰ ਸ਼ੇਰ ਸਿੰਘ ਮੰਡੇਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਡਾਕਟਰ ਸਾਹਿਬ, ਤੁਹਾਡਾ ਰੇਡੀਓ ਚੰਨ ਪਰਦੇਸੀ ਦੇ ਵਿੱਚ ਸਵਾਗਤ ਹੈ ਜੀ। ਮਿਹਰਬਾਨੀ, ਸ਼ੁਕਰੀਆ ਰਜੀਤ ਸਿੰਘ ਜੀ। ਰੇਡੀਓ ਚੰਨ ਪਰਦੇਸੀ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਰਜੀਤ ਸਿੰਘ ਜੀ, ਸਰੋਤੇ ਰੱਬ ਵਰਗੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਮੁਲਾਕਾਤ ਕਰਨ ਦਾ, ਕਾਲ ਕਰਨ ਦਾ। ਸੋ ਅੱਜ ਮੈਂ ਆਪਣੇ ਲਗਭਗ 30-35 ਸਾਲ ਦੇ ਡਾਕਟਰੀ ਤਜਰਬੇ ਦੇ ਨਾਲ ਜਿੰਨੀ ਕੁ ਮੈਨੂੰ ਨੌਲੇਜ ਆ, ਮੈਂ ਉਹਨਾਂ ਦੇ ਸੰਬੰਧ ਦੇ ਵਿੱਚ ਜੋ ਅੱਜ ਦਾ ਆਪਣਾ ਵਿਸ਼ਾ ਰੱਖਿਆ ਉਹਦੇ ਬਾਰੇ ਗੱਲਬਾਤ ਕਰੂੰਗਾ ਜੀ। ਤੇ ਬਿਲਕੁਲ ਡਾਕਟਰ ਸਾਹਿਬ, ਮੈਂ ਤੁਹਾਨੂੰ ਵੀ ਦੱਸਦਾ ਜੀ ਵੀ ਮੈਂ ਸੱਚ ਦੱਸਾਂ ਜੀ ਵੀ ਮੈਂ ਫੋਨ ਮਿਲਾਇਆ ਤੇ ਫੋਨ ਮਿਲਿਆ ਨੀ, ਫਿਰ ਉਸ ਤੋਂ ਬਾਅਦ ਮੈਂ ਭੁੱਲ ਗਿਆ ਕਿਉਂਕਿ ਗਰਮੀ ਵੀ ਬਹੁਤ ਹੋ ਗਈ ਸੀ ਕਿ ਕਿਤੇ ਨਾ ਕਿਤੇ ਉਹ ਦਿਮਾਗ ਦੇ ਵਿੱਚ ਨਾ ਪਿਛਲੀਆਂ ਖਬਰਾਂ ਜਿਹੀਆਂ ਚੱਲੀ ਜਾ ਰਹੀਆਂ ਸੀਗੀਆਂ ਵੀ ਪਾਵਰ ਕੱਟ ਕਿੱਥੇ ਲੱਗਿਆ, ਕਿਹੜੇ ਪਿੰਡਾਂ 'ਚ ਲੱਗਿਆ, ਲੋਕ ਕਿਸ ਤਰ੍ਹਾਂ ਰਹਿ ਰਹੇ ਹੋਣਗੇ, ਕਿਸ ਤਰ੍ਹਾਂ ਉਹਨਾਂ ਵਿਚਾਰਿਆਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਹੋਣਗੀਆਂ, ਜਾਂ ਫਿਰ ਕਿੰਨਾ ਕਿ ਇਹਨਾਂ ਨੂੰ ਉਸ ਹਨੇਰੇ ਦੇ ਵਿੱਚ ਵੀ ਸਾਹ ਚੜੀ ਜਾਂਦਾ ਹੋਊਗਾ, ਕਿਉਂਕਿ ਸਾਹ ਤਾਂ ਅੱਜ ਕੱਲ ਮੈਨੂੰ ਲੱਗਦਾ ਹਰ ਇੱਕ ਇਨਸਾਨ ਨੂੰ ਚੜੀ ਜਾਂਦਾ, ਜਿਵੇਂ ਪੈਟਰੋਲ ਦੀਆਂ ਕੀਮਤਾਂ ਸੁਣ ਕੇ ਜਾਂ ਫਿਰ ਮਹਿੰਗਾਈ ਦੀ ਮਾਰ ਸੁਣ ਕੇ। ਤੇ ਫਿਰ ਡਾਕਟਰ ਸਾਹਿਬ, ਜੇਕਰ ਗੱਲ ਕਰੀਏ, ਦਮਾ ਹੈ ਕੀ ਹੈ ਜੀ? ਹਾਂਜੀ ਗੁਰਜੀਤ ਸਿੰਘ ਜੀ, ਦਮਾ ਜਿਹੜਾ ਇੱਕ ਅਜਿਹੀ ਬਿਮਾਰੀ ਆ ਜੋ ਸਾਡੇ ਫੇਫੜਿਆਂ ਤੇ ਅਸਰ ਪਾਉਂਦੀ ਆ, ਠੀਕ ਹੈ। ਦਮੇ ਵਾਲੇ ਰੋਗੀ ਦੀ ਜਿਵੇਂ ਛਾਤੀ ਵਿੱਚੋਂ ਘਰ ਘਰ ਦੀ ਆਵਾਜ਼ ਆਉਣੀ, ਸੀਟੀਆਂ ਵੱਜਣੀਆਂ, ਖੰਘ ਦੇ ਸਮੇਂ ਜਾਂ ਸਾਹ ਲੈਣ ਸਮੇਂ ਮੁਸ਼ਕਲ ਪੇਸ਼ ਆਉਣੀ, ਇਹ ਦਮੇ ਦੀਆਂ ਆਮ ਨਿਸ਼ਾਨੀਆਂ ਨੇ, ਠੀਕ ਹੈ ਜੀ। ਹੁਣ ਆਪਾਂ ਦਮੇ ਦੀ ਬਿਮਾਰੀ ਦੀ ਗੱਲ ਕਰੀਏ, ਜਿਹੜੀ ਦਮੇ ਦੀ ਬਿਮਾਰੀ ਹੁੰਦੀ ਆ ਇਹ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦੀ ਆ। ਸਭ ਤੋਂ ਜ਼ਿਆਦਾ ਜਿਹੜੀ ਇਹ ਬਿਮਾਰੀ ਆ ਉਹ ਛੋਟੇ ਬੱਚਿਆਂ ਨੂੰ ਹੁੰਦੀ ਆ, ਖਾਸ ਕਰਕੇ ਉਹਦੀ ਉਮਰ ਦੇ ਪਹਿਲੇ 5 ਸਾਲਾਂ ਤੋਂ ਲੈ ਕੇ ਬਾਲਗ ਉਮਰ ਤੱਕ ਆਮ ਚੱਲਦੀ ਰਹਿੰਦੀ ਆ। ਹੁਣ ਕਈ ਬੱਚਿਆਂ ਨੂੰ ਦਮਾ ਠੀਕ ਵੀ ਹੋ ਜਾਂਦਾ, ਪਰ ਅੱਜ ਦੇ ਸਮੇਂ ਵਿੱਚ ਦਮੇ ਦੀ ਜਿਹੜੀ ਬਿਮਾਰੀ ਆ ਉਹ ਆਮ ਹੋ ਗਈ ਆ। ਹੁਣ ਜੇ ਆਪਾਂ ਗੱਲ ਕਰੀਏ ਸ਼ਹਿਰੀ ਬੱਚਿਆਂ ਵਿੱਚ, ਇਹ ਬਿਮਾਰੀ ਆਮ ਜ਼ਿਆਦਾ ਵਧੀ ਹੋਈ ਆ। ਅੱਛਾ ਜੀ, ਸ਼ਹਿਰੀ ਬੱਚਿਆਂ ਵਿੱਚ ਜਿਹੜੀ ਇਹ ਬਿਮਾਰੀ ਆ, ਮੰਨ ਕੇ ਚੱਲੇ ਵੀ 25% ਤੋਂ ਲੈ ਕੇ 40% ਇਹਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਜਾਂਦਾ। ਇਸ ਦਾ ਜਿਹੜਾ ਮੇਨ ਕਾਰਨ ਕੀ ਆ, ਜਿਵੇਂ ਸ਼ਹਿਰਾਂ ਦੇ ਵਿੱਚ ਗੱਡੀਆਂ ਦਾ ਧੂੰਆਂ, ਮਤਲਬ ਪੋਲੂਸ਼ਨ ਜ਼ਿਆਦਾ ਹੋਣਾ, ਠੀਕ ਹੈ, ਅਤੇ ਖਾਣ ਪੀਣ ਦਾ ਸਹੀ ਤਰੀਕੇ ਨਾਲ ਨਾ ਖਾਣਾ, ਸਭ ਤੋਂ ਵੱਡਾ ਕਾਰਨ ਇਹਦਾ ਜੀ ਇਹ ਸ਼ਹਿਰੀ ਬੱਚਿਆਂ ਦੇ ਵਿੱਚ ਜਾਂ ਸ਼ਹਿਰੀ ਰੋਗੀ ਜਿਹੜੇ ਦਮੇ ਦੇ ਰੋਗੀ ਹੁੰਦੇ ਨੇ, ਠੀਕ ਹੈ ਜੀ। ਹੁਣ ਜਿਹੜੇ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਇਸ ਬਿਮਾਰੀ ਜਾਂਚ ਕਰਨੀ ਪਹਿਲਾਂ ਬੜੀ ਮੁਸ਼ਕਲ ਪੇਸ਼ ਆਉਂਦੀ ਸੀਗੀ, ਠੀਕ ਹੈ, ਪਰ ਉਹ ਵੀ ਜਿਹੜੇ ਖਾਸ ਕਰਕੇ ਛੋਟੇ ਬੱਚੇ ਹੁੰਦੇ ਸੀ। ਹੁਣ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਹੁਣ ਮੈਡੀਕਲ ਸਹੂਲਤਾਂ ਜਾਂ ਟੈਕਨੋਲੋਜੀ ਇੰਨੀ ਐਡਵਾਂਸ ਹੋਈ ਆ ਕਿ ਜਿਵੇਂ ਬਲੱਡ ਦੇ ਟੈਸਟ ਕਰਕੇ ਜਾਂ ਸਿਟੀ ਸਕੈਨ ਵਗੈਰਾ ਕਰਕੇ ਜਿਹੜੀ ਦਮੇ ਵਰਗੀ ਬਿਮਾਰੀ ਆ ਇਹਦਾ ਬਹੁਤ ਛੇਤੀ ਪਤਾ ਲੱਗ ਜਾਂਦਾ। ਅੱਛਾ ਜੀ, ਹੁਣ ਜਿਹੜੇ ਕਈ ਰੋਗੀਆਂ ਵਿੱਚ ਜਿਹੜੀ ਇਹ ਬਿਮਾਰੀ ਹੁੰਦੀ ਆ ਉਹ ਸਾਰੀ ਉਮਰ ਲਈ ਉਹਦੇ ਫੇਫੜਿਆਂ ਦਾ ਅਸਰ ਪਾ ਸਕਦੀ ਆ, ਠੀਕ ਹੁੰਦਾ। ਕਈ ਵਾਰ ਇੱਕ ਹੁਣ ਜਲੋ ਬੱਚਾ ਉਹ ਆਪਣੇ ਆਪ ਨੂੰ ਵੈਸੇ ਤਾਂ ਠੀਕ ਮਹਿਸੂਸ ਕਰਦਾ, ਪਰ ਉਹ ਠੀਕ ਹੁੰਦਾ ਪਰ ਉਹਨੂੰ ਦਮੇ ਹੁੰਦਾ, ਦਮੇ ਦਾ ਰੋਗੀ ਹੋਣਾ। ਜਦੋਂ ਬੱਚੇ ਨੂੰ ਦਮਾ ਇੱਕ ਸਮੱਸਿਆ ਬਣ ਗਈ ਤਾਂ ਉਹਦੇ ਸਾਹ ਲੈਣ ਵਾਲੀਆਂ ਜਿਹੜੀਆਂ ਉਹਦੀਆਂ ਨਾਲੀਆਂ ਨੇ ਉਹ ਤੰਗ ਹੋ ਜਾਂਦੀਆਂ ਨੇ, ਜਿਸ ਨਾਲ ਜਿਹੜਾ ਬੱਚਾ ਹੈ ਉਹਦੇ ਹਵਾ ਅੰਦਰ ਨੂੰ ਲੈ ਕੇ ਜਾਣ ਤੇ ਹਵਾ ਬਾਹਰ ਕੱਢਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਹੁੰਦੀ ਆ। ਤੇ ਹੁਣ ਜਿਹੜੇ ਦਮੇ ਦੇ ਦੌਰੇ ਵਿੱਚ ਜਿਹੜੀ ਸਾਹ ਲੈਣ ਵਾਲੀਆਂ ਜਿਹੜੀਆਂ ਸਾਡੀਆਂ ਨਾਲੀਆਂ ਨੇ ਉਹਦੇ ਜਿਹੜੇ ਪੱਠੇ ਹੁੰਦੇ ਆ ਉਹ ਆਲੇ ਦੁਆਲੇ ਤੋਂ ਕਸੇ ਜਾਂਦੇ ਨੇ, ਜਿਸ ਵਿੱਚ ਜਿਹੜਾ ਸਾਹ ਲੈਣਾ ਉਹ ਰੋਗੀ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ।
ਹੁਣ ਜੇ ਆਪਾਂ ਗੱਲ ਕਰੀਏ ਜਦੋਂ ਕਿਸੇ ਵੀ ਜਿਹੜਾ ਦਮੇ ਵਾਲਾ ਰੋਗੀ ਹੁੰਦਾ ਜਾਂ ਉਹਨੂੰ ਦਮੇ ਦਾ ਅਟੈਕ ਹੁੰਦਾ ਉਹਦੇ ਜਿਹੜੀ ਸਾਹ ਵਾਲੀਆਂ ਨਾਲੀਆਂ ਨੇ ਹਾਂਜੀ ਉਹਨੂੰ ਤੰਗ ਕਰਨ ਵਿੱਚ ਤਿੰਨ ਗੱਲਾਂ ਆਮ ਵਾਪਰਦੀਆਂ ਜੇ ਆਪਾਂ ਦੇਖੀਏ ਪਹਿਲੀ ਗੱਲ ਆ ਜਾਂਦੀ ਆ ਵੀ ਜਿਹੜੀਆਂ ਸਾਹ ਵਾਲੀਆਂ ਨਾਲੀਆਂ ਹੈ ਉਹਦੇ ਅੰਦਰ ਜਿਹੜੀ ਵਾਲੀ ਅੰਦਰ ਵਾਲੀ ਜਿਹੜੀ ਝਿੱਲੀ ਹੁੰਦੀ ਆ ਨਾ ਉਹ ਸੁੱਜ ਜਾਂਦੀ ਆ ਮਤਲਬ ਜਿਵੇਂ ਆਪਾਂ ਆਮ ਲੋਕ ਕਹਿੰਦੇ ਆ ਵੀ ਉਹਦੇ ਸੋਜ ਆ ਗਈ ਅੰਦਰੋਂ ਮੋਟੀ ਹੋ ਜਾਂਦੀ ਆ ਦੂਜਾ ਨੰਬਰ ਜਿਹੜੀਆਂ ਸਾਹ ਵਾਲੀਆਂ ਨਾਲੀਆਂ ਨੇ ਜਦੋਂ ਉਹਦੇ ਆਲੇ ਦੁਆਲੇ ਦੇ ਪੱਠੇ ਸਖ਼ਤ ਹੋ ਜਾਂਦੇ ਆ ਉਸ ਨਾਲ ਜਿਹੜਾ ਸਾਹ ਬਾਹਰ ਕੱਢਣ ਵਿੱਚ ਬਹੁਤ ਜ਼ਿਆਦਾ ਰੋਗੀ ਨੂੰ ਮੁਸ਼ਕਲ ਪੇਸ਼ ਆਉਂਦੀ ਆ ਜਿਹੜਾ ਦਮੇ ਵਾਲਾ ਰੋਗੀ ਹੁੰਦਾ। ਅਗਲੀ ਗੱਲ ਆ ਗਈ ਨੰਬਰ 3 ਤੇ ਜਿਹੜੇ ਸਾਹ ਵਾਲੀਆਂ ਨਾਲੀਆਂ ਹੁੰਦੀਆਂ ਨੇ ਉਹ ਬਹੁਤ ਮਾਤਰਾ ਵਿੱਚ ਇੱਕ ਗਾੜਾ ਸਾਫ਼ ਗਾੜਾ ਤਰਲ ਪਦਾਰਥ ਬਣਾਉਂਦੀਆਂ ਨੇ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਮਿਊਕਸ ਕਹਿੰਦੇ ਆ ਮਤਲਬ ਬਲਗਮ ਕਹਿੰਦੇ ਆ। ਹੁਣ ਜਿਹੜੀ ਇਹ ਬਲਗਮ ਇਹ ਆਮ ਨਾਲੋਂ ਗਾੜੀ ਹੁੰਦੀ ਆ ਜਿਸ ਕਰਕੇ ਜਿਹੜੀਆਂ ਸਾਹ ਨਾਲੀਆਂ ਵਿੱਚ ਜਿਹੜੀ ਰੁਕਾਵਟ ਪੈਦਾ ਹੁੰਦੀ ਆ ਇਹ ਹੁੰਦੀ ਆ ਗੁਰਜੀਤ ਸਿੰਘ ਜੀ ਜਿਹਨੂੰ ਆਪਾਂ ਕਹਿੰਦੇ ਆ ਦਮੇ ਦੀ ਬਿਮਾਰੀ। ਹਾਂਜੀ ਫਿਰ ਡਾਕਟਰ ਸਾਹਿਬ ਦਮੇ ਦੇ ਲੱਛਣ ਕੀ ਨੇ ਜੀ? ਹਾਂਜੀ ਗੁਰਜੀਤ ਸਿੰਘ ਜੀ ਜਦੋਂ ਵੀ ਕਿਸੇ ਰੋਗੀ ਨੂੰ ਦਮੇ ਦਾ ਅਟੈਕ ਹੁੰਦਾ ਜਾਂ ਕੋਈ ਮਰੀਜ਼ ਦਮੇ ਦਾ ਰੋਗੀ ਹੁੰਦਾ ਅਕਸਰ ਜਿਹੜਾ ਉਹ ਮਰੀਜ਼ ਹੁੰਦਾ ਨਾ ਉਹਨੂੰ ਜਿਹੜੇ ਉਹਦੇ ਲੱਛਣ ਉਹਨੂੰ ਪਹਿਲੀ ਗੱਲ ਤਾਂ ਉਹਨੂੰ ਆਪ ਹੀ ਦੇਖਣੇ ਸ਼ੁਰੂ ਹੋ ਜਾਂਦੇ ਨੇ ਜਾਂ ਰੋਗੀ ਨੂੰ ਖੁਦ ਹੀ ਪਤਾ ਲੱਗ ਜਾਂਦਾ ਵੀ ਮੈਨੂੰ ਹੁਣ ਦਮੇ ਦੀ ਸ਼ਿਕਾਇਤ ਹੋਣ ਲੱਗੀ ਆ। ਠੀਕ ਹੈ ਜੀ। ਹੁਣ ਜਦੋਂ ਮੰਨ ਲਓ ਵੀ ਜਦੋਂ ਵੀ ਕਿਸੇ ਰੋਗੀ ਨੂੰ ਦੌਰੇ ਦੀ ਸ਼ਿਕਾਇਤ ਹੁੰਦੀ ਆ ਉਸਨੂੰ ਆਮ ਤੌਰ ਤੇ ਪਹਿਲਾਂ ਜਾਂ ਤਾਂ ਉਹਨੂੰ ਕਬਜ਼ ਹੋ ਜਾਂਦੀ ਆ ਜਾਂ ਹਲਕਾ ਜਿਹਾ ਅਫਾਰਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਉਹਨੂੰ ਕੀ ਆ ਖਾਂਸੀ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਆ। ਠੀਕ ਹੈ ਜੀ। ਹੁਣ ਜਿਹੜਾ ਪਿਸ਼ਾਬ ਆ ਉਹਨੂੰ ਬਾਰ ਬਾਰ ਵਾਸ਼ਰੂਮ ਜਾਣਾ ਪੈਂਦਾ। ਹੁਣ ਕਈ ਜਿਹੜੇ ਦਮੇ ਦੇ ਰੋਗੀ ਹੁੰਦੇ ਆ ਜਿਹੜਾ ਉਹਨੂੰ ਜਿਹੜਾ ਅਟੈਕ ਹੁੰਦਾ ਜੇ ਆਪਾਂ ਮੰਨ ਲਈ ਉਹ ਖਾਸ ਕਰਕੇ ਅੱਧੀ ਰਾਤ ਨੂੰ ਹੁੰਦਾ ਮਤਲਬ ਪਹਿਲੇ ਪਹਿਰ ਤੋਂ ਬਾਅਦ ਦੂਜੇ ਪਹਿਰ ਜਾ ਕੇ ਹੁੰਦਾ। ਹੁਣ ਅਸੀਂ ਕਈ ਵਾਰ ਕੀ ਦੇਖਦੇ ਆ ਕਈ ਰੋਗੀ ਜਿਵੇਂ ਮੰਨ ਲਓ ਸੁੱਤਾ ਪਿਆ ਉਹਨੂੰ ਅਚਾਨਕ ਹੀ ਉੱਠਣਾ ਪੈ ਜਾਂਦਾ ਜਦੋਂ ਉੱਠਣਾ ਪੈਂਦਾ ਜਦੋਂ ਸਾਹ ਦੀ ਉਹਨੂੰ ਪ੍ਰੋਬਲਮ ਆਉਂਦੀ ਆ ਉਹ ਉੱਠਦਾ ਉਹਨੂੰ ਜਿਹੜਾ ਸਾਹ ਤੰਗੀ ਨਾਲ ਬਹੁਤ ਘੱਟ ਆਉਂਦਾ ਜਿਸ ਨਾਲ ਕੀ ਹੁੰਦਾ ਕਈ ਵਾਰ ਰੋਗੀ ਬੇਹੋਸ਼ ਤੱਕ ਵੀ ਹੋ ਜਾਂਦਾ। ਫਿਰ ਕੀ ਹੁੰਦਾ ਰੋਗੀ ਦੀ ਜਿਹੜੀ ਛਾਤੀ ਵਿੱਚੋਂ ਜਿਵੇਂ ਘਰ ਘਰ ਦੀਆਂ ਆਵਾਜ਼ਾਂ ਆਉਣੀਆਂ ਸੀਟੀਆਂ ਵੱਜਣੀਆਂ ਉੱਚੀ ਉੱਚੀ ਆਵਾਜ਼ਾਂ ਆਉਣੀਆਂ ਫਿਰ ਕੀ ਹੁੰਦਾ ਇਹ ਰੋਗੀ ਦੀ ਨਬਜ਼ ਕਦੇ ਕਦੇ ਤੇਜ਼ ਚੱਲਦੀ ਆ ਕਦੇ ਹੌਲੀ ਹੋ ਜਾਂਦੀ ਆ। ਠੀਕ ਹੈ। ਫਿਰ ਜਦੋਂ ਰੋਗੀ ਖੰਘਦੇ ਕਈ ਵਾਰ ਉਹਦੀ ਜਿਵੇਂ ਆਪਾਂ ਦੇਖਦੇ ਅੱਖਾਂ ਬਾਹਰ ਆਉਣ ਲੱਗ ਗਈਆਂ ਨੇ ਅੱਖਾਂ ਵਿੱਚ ਲਾਲੀ ਆ ਗਈ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ। ਹਾਂਜੀ। ਠੀਕ ਹੈ। ਏਦਾਂ ਦੀਆਂ ਅਲਾਮਤਾਂ ਹੋ ਜਾਣੀਆਂ ਇੱਥੇ ਤੱਕ ਵੀ ਹੁੰਦਾ ਕਈ ਵਾਰ ਰੋਗੀ ਤੋਂ ਬੋਲਿਆ ਵੀ ਨਹੀਂ ਜਾਂਦਾ। ਠੀਕ ਹੈ। ਹੁਣ ਫਿਰ ਹਾਂਜੀ ਫਿਰ ਉਹਨੂੰ ਕੀ ਹੁੰਦਾ ਵੀ ਜਿਹੜਾ ਉਹਨੂੰ ਸਾਹ ਲੈਣ ਵਿੱਚ ਰੋਗੀ ਦੀ ਛਾਤੀ ਨੂੰ ਤਾਣ ਕੇ ਬੈਠਦਾ। ਕਈ ਵਾਰ ਤੁਸੀਂ ਵੀ ਦੇਖਿਆ ਹੋਊਗਾ ਜਦੋਂ ਰੋਗੀ ਹੁੰਦਾ ਜਿਹੜਾ ਦਮੇ ਰੋਗੀ ਸਾਹ ਛਾਤੀ ਤਾਣਦਾ ਕਈ ਵਾਰ ਮੋਢੇ ਹੇਠਾਂ ਉੱਪਰ ਕਰਕੇ ਬੈਠਦਾ ਉਹਨੂੰ ਇਹ ਹੁੰਦਾ ਵੀ ਸਾਹ ਤੰਗੀ ਨਾਲ ਆਉਂਦਾ ਵੀ ਉਹ ਕੋਸ਼ਿਸ਼ ਕਰਦਾ ਵੀ ਸਾਹ ਸੌਖਾ ਹੋਵੇ। ਠੀਕ ਹੈ ਜੀ। ਫਿਰ ਕੀ ਹੁੰਦਾ ਵੀ ਉਹ ਮੁਸ਼ਕਲ ਦੇ ਨਾਲ ਖੰਘ ਖੰਘ ਕੇ ਉਹਨੂੰ ਥੋੜੀ ਜਿਹੀ ਬਲਗਮ ਆਉਂਦੀ ਆ ਜਦੋਂ ਉਹਦੀ ਬਲਗਮ ਬਾਹਰ ਨਿਕਲਦੀ ਆ ਫਿਰ ਪਸੀਨੋ ਪਸੀਨਾ ਹੋ ਜਾਂਦਾ ਉਹਦੇ ਨਾਲ ਕੀ ਆ ਜਾਂਦਾ ਥੋੜੀ ਬਹੁਤੀ ਬਲਗਮ ਬਾਹਰ ਨਿਕਲ ਜਾਂਦੀ ਆ ਜਾਂ ਕੋਈ ਮੈਡੀਸਨ ਲੈ ਕੇ ਫਿਰ ਉਹਨੂੰ ਸਾਹ ਸੌਖਾ ਹੋਣਾ ਸ਼ੁਰੂ ਹੋ ਜਾਂਦਾ। ਠੀਕ ਹੈ। ਹੁਣ ਮੈਂ ਗੁਰਜੀਤ ਸਿੰਘ ਤੁਹਾਨੂੰ ਦੱਸਦਾ ਕੁਝ ਸਾਲ ਪਹਿਲਾਂ ਦੀ ਗੱਲ ਆ ਜਦੋਂ ਡਾਕਟਰਾਂ ਦੇ ਬਾਰੇ ਆਪਾਂ ਗੱਲ ਕਰਦੇ ਆ ਵੀ ਮਰੀਜ਼ਾਂ ਦੇ ਲਈ ਐਲੋਪੈਥੀ ਇੰਜੈਕਸ਼ਨ ਜਿਹੜੇ ਡਾਕਟਰ ਆਮ ਭਰਦੇ ਸੀਗੇ ਉਹ ਜਿਹੜਾ ਇੰਜੈਕਸ਼ਨ ਦਾ ਨਾਂ ਹੁੰਦਾ ਸੀ ਅਡਰਲਨ ਨਾਂ ਦਾ ਇੰਜੈਕਸ਼ਨ ਸੀ ਅਡਰਲਨ। ਖਾਸ ਕਰਕੇ ਜਿਹੜੇ ਡਾਕਟਰ ਸੀਗੇ ਉਹ ਇਹੀ ਇੰਜੈਕਸ਼ਨ ਵਰਤਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਜੋ ਮੰਨ ਕੇ ਚੱਲੇ 30-35 ਸਾਲ ਪਹਿਲਾਂ। ਠੀਕ ਹੈ ਜੀ। ਜਿਸ ਨਾਲ ਉਹਨੂੰ ਕੀ ਹੁੰਦਾ ਸੀ ਮਰੀਜ਼ ਨੂੰ ਤੁਰੰਤ ਆਰਾਮ ਮਿਲ ਜਾਂਦਾ ਸੀਗਾ। ਜਿਹੜਾ ਇੰਜੈਕਸ਼ਨ ਸੀ ਉਹਦੀ ਕੀਮਤ ਵੀ ਬਹੁਤ ਥੋੜੀ ਹੁੰਦੀ ਸੀਗੀ ਮੇਰੇ ਖਿਆਲ ਸ਼ਾਇਦ ਉਹਨਾਂ ਸਮੇਂ ਦੇ ਵਿੱਚ 2.5-3 ਰੁਪਏ ਦੇ ਲਗਭਗ ਹੁੰਦੀ ਸੀਗੀ ਪਰ ਉਹ ਇੰਜੈਕਸ਼ਨ ਦਮੇ ਦੇ ਮਰੀਜ਼ਾਂ ਲਈ ਇੰਨਾ ਕਾਰਗਰ ਸਿੱਧ ਸੀਗਾ ਤੁਸੀਂ ਗੱਲ ਹੀ ਛੱਡ ਦੋ। ਹੁਣ ਮੈਂ ਤਾਂ ਇੱਥੋਂ ਤੱਕ ਖੁਦ ਵੀ ਦੇਖਿਆ ਵੀ ਜਿਹੜੇ ਉਸ ਟਾਈਮ ਕਈ ਰੋਗੀ ਹੁੰਦੇ ਸੀਗੇ ਦੇ ਆਪਣੇ ਦਮੇ ਵਾਲੇ ਉਹਨਾਂ ਨੇ ਇੰਜੈਕਸ਼ਨ ਆਪਣੇ ਕੋਲ ਰੱਖਿਆ ਹੁੰਦਾ ਸੀਗਾ ਵੀ ਜਦੋਂ ਵੀ ਕਦੇ ਵੇਲੇ ਕਵੇਲੇ ਸਾਹ ਦੀ ਜਾਂ ਜਮੇ ਦੀ ਦਿੱਕਤ ਦਮੇ ਦੀ ਦਿੱਕਤ ਆਉਂਦੀ ਸੀ ਉਹ ਇੰਜੈਕਸ਼ਨ ਆਪਣੇ ਆਪ ਲਾ ਲੈਂਦੇ ਸੀਗੇ। ਠੀਕ ਹੈ ਜੀ। ਕਿਉਂਕਿ ਜੇ ਆਪਾਂ ਗੱਲ ਕਰੀਏ ਅੱਜ ਤੋਂ 30-35 ਸਾਲ ਪਹਿਲਾਂ ਜਿਹੜੀਆਂ ਸਿਹਤ ਸਹੂਲਤਾਂ ਹੁੰਦੀਆਂ ਸੀ ਉਹ ਪਿੰਡ ਪੱਧਰ ਤੇ ਕਾਫੀ ਘੱਟ ਸੀਗੀਆਂ। ਹਾਂਜੀ। ਪਰ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਅੱਜ ਹਰੇਕ ਪਿੰਡ ਵਿੱਚ ਹਰੇਕ ਕਸਬੇ ਵਿੱਚ ਹਰੇਕ ਮੁਹੱਲੇ ਵਿੱਚ ਠੀਕ ਹੈ ਜੀ ਸਿਹਤ ਸਹੂਲਤਾਂ ਬਹੁਤ ਜ਼ਿਆਦਾ ਨੇ। ਜਾਂ ਜੇ ਆਪਾਂ ਆਪਣੀ ਗੱਲ ਕਰੀਏ ਜਿਹੜੀ ਸਾਡੇ ਅੱਜ ਦੀ ਜਨਰੇਸ਼ਨ ਆ ਸਾਡੇ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਇਹਦੇ ਬਾਰੇ ਜਿਵੇਂ ਮੁੱਢਲੀ ਜਾਣਕਾਰੀ ਹੋਣੀ ਇਹਦੇ ਬਾਰੇ ਬਹੁਤ ਨੌਲੇਜ ਆ। ਹੁਣ ਪੁਰਾਣੇ ਸਮੇਂ ਦੇ ਵਿੱਚ ਜੇ ਮੰਨ ਲਓ ਚੱਲੀਏ ਵੀ ਅੱਜ ਤਾਂ ਆਪਾਂ ਇਸ ਚੀਜ਼ ਦਾ ਆਪਾਂ ਨੂੰ ਪਤਾ ਵੀ ਹਰੇਕ ਘਰ ਦੇ ਵਿੱਚ ਹਰੇਕ ਵਹੀਕਲ ਆ
ਸ਼ਹਿਰ ਜਾਣ ਵਾਸਤੇ ਜੇ ਕਿਸੇ ਮਰੀਜ਼ ਨੂੰ ਕੋਈ ਐਮਰਜੈਂਸੀ ਆਉਂਦੀ ਵੀ ਆ ਤਾਂ ਨੇੜੇ ਸ਼ਹਿਰ ਦੇ ਵਿੱਚ ਵੱਡਾ ਹਸਪੀਟਲ ਹੁੰਦਾ। ਬਿਲਕੁਲ ਡਾਕਟਰ ਸਾਹਿਬ ਦੇ ਨਾਲ ਨਾਲ ਜੀ ਜੇਕਰ ਗੱਲ ਕਰੀਏ ਨਾ ਵੀ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਇੱਕ ਪਾਰਕ ਵੀ ਹੈ। ਹਾਂਜੀ, ਤੇ ਉਸ ਪਾਰਕ ਦੇ ਵਿੱਚ ਮੈਨੂੰ ਲੱਗਦਾ ਵੀ ਜੇਕਰ ਉਸ ਮੁਹੱਲੇ ਦੀ ਗੱਲ ਕਰੀਏ ਵੀ 100% ਲੋਕ ਰਹਿੰਦੇ ਨੇ ਤਾਂ ਉਹਦੇ ਵਿੱਚ ਸਿਰਫ ਮੈਨੂੰ ਲੱਗਦਾ 40% ਲੋਕ ਹੀ ਨੇ ਜਿਹੜੇ ਸੈਰ ਕਰਦੇ ਹੋਣਗੇ ਉਸ ਵਿੱਚ। ਹਾਂਜੀ ਹਾਂਜੀ। ਤੇ ਨਾਲ ਇੱਕ ਸਵਾਲ ਆਇਆ ਜੀ ਰਾਜਵੀਰ ਸਿੰਘ ਜੀ ਦਾ ਪਠਾਨਕੋਟ ਤੋਂ, ਉਹ ਲਿਖਦੇ ਨੇ ਜੀ ਕਿ ਕਹਿੰਦੇ ਵੀ ਜਿਹੜਾ ਸਾਹ ਚੜ੍ਹਦਾ ਇਹ ਮੌਸਮ ਦੇ ਅਨੁਸਾਰ ਹੁੰਦਾ, ਜਦੋਂ ਜਿਵੇਂ ਗਰਮੀ ਚੇਂਜ ਹੁੰਦੀ ਹੈ ਜਾਂ ਸਰਦੀ ਆਉਂਦੀ ਹੈ ਮੌਸਮ ਚੇਂਜ ਹੋਣ ਵੇਲੇ ਉਸ ਵਕਤ ਵੱਧ ਚੜ੍ਹਦਾ, ਇਹਦਾ ਕਿਸ ਤਰ੍ਹਾਂ ਇਲਾਜ ਕਰ ਸਕਦੇ ਆ ਜੀ? ਹਾਂਜੀ, ਮਿਹਰਬਾਨੀ ਰਾਜਵੀਰ ਜੀ, ਅੱਜ ਜਿਹੜਾ ਆਪਾਂ ਟੌਪਿਕ ਦੱਸ ਰਹੇ ਹਾਂ ਬਹੁਤ ਹੀ ਬੇਤੀ ਨਾਲ ਦੱਸ ਰਹੇ ਹਾਂ। ਕੁਛ ਬਿਮਾਰੀਆਂ ਹੁੰਦੀਆਂ ਮੌਸਮ ਦੇ ਨਾਲ, ਕੁਛ ਬਿਮਾਰੀਆਂ ਹੁੰਦੀਆਂ ਖਾਣ ਪੀਣ ਦੇ ਨਾਲ, ਕੁਛ ਬਿਮਾਰੀਆਂ ਹੁੰਦੀਆਂ ਆਪਣੇ ਪੇਟ ਦੇ ਸੰਬੰਧ ਦੇ ਨਾਲ। ਠੀਕ ਹੈ, ਅੱਜ ਆਪਾਂ ਕੀ ਕਰਦੇ ਆ, ਅੱਜ ਆਪਾਂ ਇਸੇ ਟੌਪਿਕ ਤੇ ਗੱਲ ਕਰ ਰਹੇ ਹਾਂ ਵੀ ਜੋ ਸਾਹ ਚੜ੍ਹਨਾ, ਦਮਾ, ਪੁਰਾਣੀ ਖਾਂਸੀ ਆ, ਇਹਦੇ ਕਾਰਨ ਕੀ ਨੇ, ਇਹਦੇ ਲੱਛਣ ਕੀ ਨੇ, ਇਹਦਾ ਇਲਾਜ ਕੀ ਆ। ਵੀਰ ਜੀ ਨੂੰ ਮੇਰੀ ਬੇਨਤੀ ਆ ਉਹ ਆਪਣੇ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ, ਆਪਾਂ ਉਹਨਾਂ ਦਾ ਹਰੇਕ ਕੁਐਸਚਨ ਦਾ ਜਿਹੜਾ ਜਵਾਬ ਆ ਉਹ ਨਾਲ ਨਾਲ ਦਿੰਦੇ ਜਾਵਾਂਗੇ। ਤੇ ਬਿਲਕੁਲ ਫਿਰ ਡਾਕਟਰ ਸਾਹਿਬ, ਫਿਰ ਇਹਦੇ ਕਾਰਨ ਕੀ ਨੇ ਜੀ? ਹਾਂਜੀ, ਕਾਰਨ ਮੈਂ ਤੁਸੀਂ ਜੀ ਦੱਸਦਾ, ਪਹਿਲਾਂ ਮੈਂ ਇਹ ਗੱਲ ਤੁਹਾਨੂੰ ਦੱਸ ਰਿਹਾ ਵੀ ਜਦੋਂ ਮੰਨ ਲਓ ਵੀ ਇਹ ਜਿਹੜੇ ਦਮੇ ਦੇ ਲੱਛਣ ਨੇ ਇਹਦੇ ਵਿੱਚ ਕੀ ਹੁੰਦਾ ਸੀਗਾ, ਪਰ ਅੱਜ ਦੇ ਸਮੇਂ ਵਿੱਚ ਅਸੀਂ ਆਪਾਂ ਹਰੇਕ ਪਰਿਵਾਰ ਵਿੱਚ ਪੜ੍ਹੇ ਲਿਖੇ ਬੱਚੇ ਨੇ, ਠੀਕ ਹੈ ਜੀ, ਜਿਹੜੇ ਮੁੱਢਲੀ ਸਹਾਇਤਾ ਦੇ ਨਾਲ ਮੈਡੀਸਨ ਜਾਂ ਤਾਂ ਉਹ ਆਪਣੇ ਘਰ ਹੀ ਰੱਖਦੇ ਨੇ, ਜਿਵੇਂ ਕਈ ਸਟੀਰੋਇਡ ਮੈਡੀਸਨਾਂ ਹੁੰਦੀਆਂ ਨੇ ਉਹ ਆਪਣੇ ਘਰ ਹੀ ਰੱਖ ਲੈਂਦੇ ਆ। ਹੁਣ ਜੇ ਆਪਾਂ ਗੱਲ ਕਰੀਏ ਜਿਵੇਂ ਸਾਹ ਲੈਣਾ ਪੰਪ ਹੁੰਦਾ ਜਿਵੇਂ ਇਨਹੇਲਰ, ਉਹ ਦਮੇ ਦੇ ਮਰੀਜ਼ਾਂ ਲਈ ਆਮ ਹੀ ਘਰ ਹੁੰਦਾ, ਉਸ ਦੇ ਨਾਲ ਕੀ ਹੁੰਦਾ ਉਹ ਤੁਰੰਤ ਰਾਹਤ ਮਿਲਦੀ ਹੈ ਉਹਦੇ ਨਾਲ। ਖਾਸ ਕਰਕੇ ਜੋ ਅੱਜ ਦੀ ਸਾਡੇ ਪੜ੍ਹੀ ਲਿਖੀ ਜਨਰੇਸ਼ਨ ਆ ਉਹਨਾਂ ਨੂੰ ਇਸ ਚੀਜ਼ ਬਾਰੇ ਬਹੁਤ ਹੀ ਜ਼ਿਆਦਾ ਨੌਲੇਜ ਆ, ਤੋ ਇਹਦੀ ਜ਼ਰੂਰਤ ਵੀ ਬਣੀ ਹੋਈ ਆ। ਹੁਣ ਮੈਂ ਤੁਹਾਡੇ ਵਾਲੇ ਉਹਨਾਂ ਅਗਲੇ ਵਾਲੇ ਸਵਾਲ ਤੇ ਵੀ ਦਮੇ ਦੇ ਕਾਰਨ ਕੀ ਨੇ। ਹਾਂਜੀ, ਹੁਣ ਦੇਖੋ ਗੁਰਜੀਤ ਸਿੰਘ ਜੀ, ਜਿਹੜਾ ਦਮੇ ਦਾ ਮਰੀਜ਼ ਆ ਔਰ ਦਮੇ ਦੀ ਬਿਮਾਰੀ ਆ ਇਹਦੇ ਅਨੇਕਾਂ ਕਾਰਨ ਨੇ। ਠੀਕ ਹੈ ਜੀ। ਹੁਣ ਦਮੇ ਦੀ ਜਿਹੜੀ ਬਿਮਾਰੀ ਆ ਇਹ ਕਈ ਪਰਿਵਾਰਾਂ ਵਿੱਚ ਪੀੜੀ ਦਰ ਪੀੜੀ ਚੱਲਦੀ ਆ ਰਹੀ ਆ। ਠੀਕ ਹੈ ਜੀ। ਜਿਵੇਂ ਮਾਤਾ ਪਿਤਾ ਜਾਂ ਭੈਣ ਭਰਾ ਨੂੰ ਦਮੇ ਦੀ ਸ਼ਿਕਾਇਤ ਹੋਈ, ਜੇ ਮਾਤਾ ਨੂੰ ਸ਼ਿਕਾਇਤ ਆ, ਮਾਤਾ ਪਿਤਾ ਨੂੰ ਸ਼ਿਕਾਇਤ ਆ, ਭੈਣ ਜਾਂ ਭਰਾ ਨੂੰ ਦਮੇ ਦੀ ਸ਼ਿਕਾਇਤ ਹੋਣੀ ਓ ਹੋਣੀ ਆ, ਕਿਉਂਕਿ ਉਹਨਾਂ ਦੇ ਜੀਨਸ ਦੇ ਹਿਸਾਬ ਦੇ ਨਾਲ ਮਤਲਬ ਉਹਨਾਂ ਦੀ ਪੀੜੀ ਦਰ ਪੀੜੀ ਉਹ ਬਿਮਾਰੀ ਚੱਲਦੀ ਆ। ਤੇ ਜਿਸ ਨਾਲ ਹੁਣ ਉਸ ਪਰਿਵਾਰ ਜਿਸ ਵਿੱਚ ਇਸ ਬਿਮਾਰੀ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਆ। ਹੁਣ ਜੇ ਆਪਾਂ ਕਹੀਏ ਵੀ ਮਾਤਾ ਨੂੰ ਬਿਮਾਰੀ ਆ, ਠੀਕ ਆ, ਤਾਂ ਬੱਚਿਆਂ ਨੂੰ 25% ਸੰਭਾਵਨਾ ਬਣੂਗੀ। ਜੇ ਮਾਤਾ ਪਿਤਾ ਦੋਨਾਂ ਨੂੰ ਹੋਊਗੀ ਤਾਂ ਜਿਹੜੇ ਹੋਣ ਵਾਲੇ ਬੱਚੇ ਆ ਉਹਨਾਂ ਨੂੰ 50% ਇਹ ਬਿਮਾਰੀ ਹੋਣੀ ਹੋਣ ਦਾ ਇਹ ਸਭ ਤੋਂ ਪਹਿਲਾ ਕਾਰਨ ਇਹ ਆ ਗਿਆ। ਅੱਛਾ ਜੀ। ਅੱਛਾ, ਹੁਣ ਆਪਾਂ ਗੱਲ ਕਰੀਏ ਅਗਲਾ ਕਾਰਨ। ਹੁਣ ਜਦੋਂ ਜੇਕਰ ਬਚਪਨ ਵਿੱਚ ਕਿਸੇ ਆਪਾਂ ਨੂੰ ਕੋਈ ਗੰਭੀਰ ਬਿਮਾਰੀ ਜਿਵੇਂ ਜਾਂ ਤਾਂ ਨਮੂਨੀਆ ਹੋ ਗਿਆ, ਜਾਂ ਖਾਂਸੀ ਰਹਿ ਗਈ, ਖਾਂਸੀ ਉਹ ਪੁਰਾਣੀ ਚਲੇਗੀ, ਜਾਂ ਸਾਡੇ ਅੰਦਰ ਜਿਹੜਾ ਨਜ਼ਲਾ ਉਹ ਡਿੱਗਣਾ ਸ਼ੁਰੂ ਹੋ ਗਿਆ, ਜਿਵੇਂ ਵੀਰ ਜੀ ਨੇ ਗੱਲ ਕਹੀ ਆ ਵੀ ਇਹ ਸਮੇਂ ਦੇ ਮੁਤਾਬਕ ਇਹ ਬਿਮਾਰੀ ਆਉਂਦੀ ਆ, ਠੀਕ ਹੈ ਜੀ, ਜਦੋਂ ਉਸ ਐਲਰਜੀ ਦੇ ਨਾਲ ਮੌਸਮ ਦੇ ਨਾਲ ਉਹ ਨਜ਼ਲਾ ਸਾਡੇ ਅੰਦਰ ਡਿੱਗਣ ਲੱਗ ਗਿਆ ਉਹ ਇੱਕ ਦਮੇ ਦਾ ਕਾਰਨ ਬਣਦਾ। ਨੰਬਰ 2 ਇਹ ਹੋ ਗਿਆ। ਨੰਬਰ 3 ਤੇ ਹੁਣ ਜਿਵੇਂ ਬਚਪਨ ਦੇ ਵਿੱਚ ਮੰਨ ਲਓ ਵੀ ਕਿਸੇ ਬੱਚੇ ਦੀ ਪੈਦਾਇਸ਼ ਸਮੇਂ ਤੋਂ ਪਹਿਲਾਂ ਹੋਗੀ, ਠੀਕ ਹੈ ਜੀ, ਸਮੇਂ ਤੋਂ ਪਹਿਲਾਂ ਬੱਚੇ ਦੀ ਪੈਦਾਇਸ਼ ਹੋਗੀ ਜਾਂ ਜਨਮ ਸਮੇਂ ਬੱਚਾ ਕਮਜ਼ੋਰ ਹੋਇਆ, ਉਸ ਟਾਈਮ ਕੀ ਹੁੰਦਾ ਵੀ ਉਹ ਜਿਹੜਾ ਬੱਚਾ ਹੋਊਗਾ ਉਹਨੂੰ ਜਾਂ ਤਾਂ ਨਮੂਨੇ ਦੀ ਸ਼ਿਕਾਇਤ ਹੋ ਜਾਣੀ ਆ ਜਾਂ ਬੱਚੇ ਦੀ ਇਮਿਊਨਿਟੀ ਵੀਕ ਹੋਊਗੀ, ਠੀਕ ਹੈ। ਮੰਨ ਲਓ ਵੀ ਉਹ ਬੱਚੇ ਦੀ ਅੰਦਰ ਜਿਹੜੀ ਰੋਗ ਪ੍ਰਤੀਰੋਧਕ ਸ਼ਕਤੀ ਆ ਬਹੁਤ ਘੱਟ ਆ, ਤਾਂ ਦਮਾ ਦਾ ਕੀ ਇਹਦੇ ਨਾਲ ਅਨੇਕਾਂ ਹੋਰ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜੇ ਬੱਚੇ ਦੀ ਜਾਂ ਕਿਸੇ ਵਿਅਕਤੀ ਦੀ ਇਮਿਊਨਿਟੀ ਲੋ ਹੁੰਦੀ ਹੈ। ਹੁਣ ਅੱਜ ਆਪਾਂ ਪੂਰੀ ਦੁਨੀਆਂ ਵਿੱਚ ਕੋਰੋਨਾ ਮਹਾਮਾਰੀ ਵਰਗੀ ਜਿਹੜੀ ਮਹਾਮਾਰੀ ਆ ਉਹ ਪੂਰੀ ਜੂਝ ਰਹੀ ਆ, ਉਹਦਾ ਸਭ ਤੋਂ ਮੇਨ ਕਾਰਨ ਕੀ ਆਇਆ, ਜਿੰਨੀ ਦੇਰ ਤੱਕ ਸਾਡੀ ਇਮਿਊਨਿਟੀ ਲੋ ਆ ਉਹਦੇ ਨਾਲ ਸਾਨੂੰ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ। ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਸੀਗੀ ਉਹ ਇਸ ਬਿਮਾਰੀ ਕੋਰੋਨਾ ਵਰਗੀ ਬਿਮਾਰੀ ਤੋਂ ਬਚ ਕੇ ਬਾਹਰ ਨਿਕਲ ਗਏ, ਠੀਕ ਹੈ ਜੀ। ਹੁਣ ਇਸੇ ਤਰ੍ਹਾਂ ਮੈਂ ਆਪਣੇ ਪਿਛਲੇ ਸ਼ੋਅ ਵਿੱਚ ਜਿਵੇਂ ਕੈਂਸਰ ਦੇ ਸੰਬੰਧ ਵਿੱਚ ਆਪਾਂ ਜਾਣਕਾਰੀ ਦਿੱਤੀ ਸੀ, ਕੈਂਸਰ ਦੇ ਵਿੱਚ ਵੀ ਉਦੋਂ ਉਹੀ ਕੁਛ ਹੁੰਦਾ ਵੀ ਜਦੋਂ ਸਾਡੀ ਇਮਿਊਨਿਟੀ ਕਮਜ਼ੋਰ ਆ ਜਿਹੜੇ ਕੈਂਸਰ ਸੈੱਲ ਨੇ ਫਿਰ ਸਾਡੇ ਤੇ ਅਟੈਕ ਕਰਦੇ ਨੇ। ਇਹਦੇ ਵਿੱਚ ਸਭ ਤੋਂ ਬੜਾ ਕਾਰਨ ਕੀ ਆ ਵੀ ਸਾਡੀ ਜਿਹੜੀ ਇਮਿਊਨਿਟੀ ਆ ਉਹ ਸਟਰੋਂਗ ਹੋਣੀ ਚਾਹੀਦੀ ਆ। ਹੁਣ ਅਗਲੀ ਗੱਲ ਆ ਕਿ ਜਿੱਦਾਂ ਵੀਰ ਜੀ ਨੇ ਦੱਸੀ ਗੱਲ ਵੀ ਇਹ ਮੌਸਮ ਦੇ ਹਿਸਾਬ ਨਾਲ
ਜਿਹੜੀ ਦਮੇ ਦੀ ਬਿਮਾਰੀ ਆ ਇਹ ਖਾਸ ਕਰਕੇ ਸਰਦੀਆਂ ਦੇ ਦਿਨਾਂ ਚ ਅਕਸਰ ਦੇਖਦੇ ਆ। ਦਮੇ ਦੀ ਬਿਮਾਰੀ ਜਦੋਂ ਸਰਦੀਆਂ ਹੁੰਦੀਆਂ ਕਾਫੀ ਹੱਦ ਤੱਕ ਵੱਧ ਜਾਂਦੀ ਆ। ਜਿਹੜੀਆਂ ਸਾਡੀਆਂ ਸਰੀਰ ਦੀਆਂ ਵਾਯੂ ਵਾਲੀਆਂ ਜਿਹੜੀਆਂ ਨਾਲੀਆਂ ਹੁੰਦੀਆਂ ਨੇ, ਠੀਕ ਹੈ, ਸਾਡੀਆਂ ਗ੍ਰੰਥੀਆਂ ਹੁੰਦੀਆਂ ਨੇ ਵਾਯੂ ਵਾਲੀਆਂ, ਉਹਨਾਂ ਵਿੱਚ ਕੀ ਹੁੰਦੀ ਆ, ਕਮਜ਼ੋਰੀ ਆ ਜਾਂਦੀ ਆ। ਉਹਦੇ ਨਾਲ ਜਿਹੜੇ ਸਾਡੇ ਫੇਫੜੇ ਹੁੰਦੇ ਆ ਉਹ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਫਿਰ ਕੀ ਹੁੰਦਾ ਵੀ ਸਾਹ ਲੈਣ ਦੇ ਵਿੱਚ ਸਾਨੂੰ ਦਿੱਕਤ ਪੇਸ਼ ਆਉਂਦੀ ਆ। ਉਸ ਦੇ ਨਾਲ ਜਿਹੜੇ ਦਮੇ ਦੇ ਰੋਗੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਔਰ ਉਸੇ ਅਗਲਾ ਕਾਰਨ, ਹੁਣ ਦਮੇ ਦਾ ਇੱਕ ਸਭ ਤੋਂ ਵੱਡਾ ਕਾਰਨ ਸਾਡੇ ਵਾਤਾਵਰਨ ਦਾ ਦੂਸ਼ਿਤ ਹੋਣਾ, ਠੀਕ ਹੈ ਜੀ। ਜਿਵੇਂ ਅੱਜ ਕੱਲ ਮਸ਼ੀਨਰੀ ਇੰਨੀ ਤੇਜ਼ੀ ਨਾਲ ਗੁਰਜੀਤ ਸਿੰਘ ਜੀ ਵੱਧ ਗਈ ਕਿ ਮਸ਼ੀਨਰੀ ਦਾ ਧੂੰਆਂ, ਕਾਰਖਾਨਿਆਂ ਦਾ ਧੂੰਆਂ, ਮੇਰੇ ਕਹਿਣ ਦਾ ਮਤਲਬ ਹਵਾ ਦਾ ਸਾਫ਼ ਨਾ ਹੋਣਾ ਦਮੇ ਦੀ ਬਿਮਾਰੀ ਦਾ ਇੱਕ ਸਭ ਤੋਂ ਵੱਡਾ ਕਾਰਨ ਆ, ਠੀਕ ਹੈ ਜੀ। ਠੀਕ ਹੈ ਜੀ। ਤੇ ਕਈ ਚੀਜ਼ਾਂ ਜਿਵੇਂ ਕਈ ਚੀਜ਼ਾਂ ਤੋਂ ਅਲਰਜੀ ਹੋਣੀ, ਅਸੀਂ ਆਪਣੇ ਘਰ ਪਾਲਤੂ ਜਾਨਵਰ ਰੱਖੇ ਹੋਏ ਨੇ, ਪ੍ਰਦੂਸ਼ਿਤ ਹਵਾ ਹੋ ਗਈ, ਥਿੱਲਾ ਮੌਸਮ ਹੋ ਗਿਆ, ਠੰਡਾ ਮੌਸਮ ਹੋ ਗਿਆ, ਠੀਕ ਹੋ ਗਿਆ ਜੀ। ਫਿਰ ਅਗਲੀ ਗੱਲ ਆ ਗਈ ਵੀ ਜਿਵੇਂ ਪੁਰਾਣੀ ਖਾਂਸੀ, ਜਦੋਂ ਵੀ ਕਿਸੇ ਵਿਅਕਤੀ ਨੂੰ ਲਗਾਤਾਰ ਖਾਂਸੀ ਰਹਿੰਦੀ ਆ ਤੇ ਕਾਫੀ ਦਵਾਈਆਂ ਲੈਣ ਦੇ ਬਾਵਜੂਦ ਉਹ ਖਾਂਸੀ ਠੀਕ ਨਹੀਂ ਹੁੰਦੀ, ਠੀਕ ਹੈ ਜੀ, ਫਿਰ ਥੋੜਾ ਬਹੁਤ ਆਰਾਮ ਵੀ ਮਿਲ ਜਾਂਦਾ। ਜਾਂ ਇਹੋ ਜਿਹੀ ਪੁਰਾਣੀ ਖਾਂਸੀ ਇੱਕ ਨਾ ਇੱਕ ਦਿਨ ਦਮੇ ਦੀ ਬਿਮਾਰੀ ਦਾ ਕਾਰਨ ਬਣ ਜਾਂਦੀ ਆ। ਤੇ ਅਗਲਾ ਕਾਰਨ, ਜਿਵੇਂ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰੀਏ ਵੀ ਗਲਤ ਖਾਣ ਪੀਣਾ, ਜਿਸ ਤਰ੍ਹਾਂ ਤਲਿਆ ਹੋਇਆ ਠੰਡਾ ਖਾਣਾ, ਫਰਿੱਜ ਵਾਲੀਆਂ ਚੀਜ਼ਾਂ ਦੇ ਵੱਧ ਵਰਤਣੀਆਂ, ਜਾਂ ਵਾਸੇ ਭੋਜਨ ਪਦਾਰਥ ਖਾਣੇ, ਗੁਰਜੀਤ ਸਿੰਘ ਜੀ ਇਹੋ ਜਿਹੇ ਮੋਟੇ ਮੋਟੇ ਕਾਰਨ ਨੇ ਜਿਹੜੇ ਦਮੇ ਵਰਗੀਆਂ ਬਿਮਾਰੀਆਂ ਕਰਦੇ ਆ। ਹੁਣ ਜਿਵੇਂ ਆਪਾਂ ਗੱਲ ਕਰਦੇ ਆ, ਦਿੱਲੀ ਸਾਡੇ ਭਾਰਤ ਦਾ ਦਿਲ ਆ, ਹਾਂਜੀ, ਹੁਣ ਦਿੱਲੀ ਦੇ ਵਿੱਚ ਪੋਲੂਸ਼ਨ ਇੰਨਾ ਜ਼ਿਆਦਾ ਵਧਿਆ ਹੋਇਆ ਹੁਣ ਕਿ ਜਿੱਦਾਂ ਸਰਦੀਆਂ ਦੇ ਮੌਸਮ ਦੇ ਵਿੱਚ ਉੱਥੇ ਤੱਕ ਵੀ ਕੋਰਟਾਂ ਨੂੰ ਵੀ ਸੁਪਰੀਮ ਹਾਈ ਕੋਰਟ ਸੁਪਰੀਮ ਕੋਰਟ ਨੂੰ ਵੀ ਨੋਟਿਸ ਲੈਣਾ ਪੈਂਦਾ ਸੀਗਾ ਵੀ ਇੱਥੇ ਪੋਲੂਸ਼ਨ ਇੰਨਾ, ਸਾਰੇ ਰੋਗੀਆਂ ਦੀ ਇੰਨੀ ਮਾੜੀ ਹਾਲਤ ਹੁੰਦੀ ਸੀ ਔਰ ਬੱਚਿਆਂ ਦੀ ਵੀ ਇੰਨੀ ਮਾੜੀ ਹਾਲਤ ਹੁੰਦੀ ਸੀ, ਉੱਥੇ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਜਾਂਦਾ ਸੀਗਾ, ਠੀਕ ਹੈ ਜੀ। ਤੇ ਇਹ ਅਨੇਕਾਂ ਕਾਰਨ ਨੇ ਜਿਹੜੀ ਆਪਾਂ ਗੱਲ ਕਰੀਏ ਵੀ ਭਾਰਤ ਦੇ ਵਿੱਚ ਜਿਹੜੇ ਦਮੇ ਦੇ ਰੋਗੀ ਆ ਉਹਨਾਂ ਨੂੰ ਇਹੋ ਜਿਹੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ। ਹਾਂਜੀ। ਅੱਛਾ ਡਾਕਟਰ ਸਾਹਿਬ, ਇੱਕ ਦੋ ਮੈਸੇਜ ਆ ਚੁੱਕੇ ਨੇ ਜੀ, ਉਹ ਦੋਨੇ ਮੈਂ ਤੁਹਾਨੂੰ ਪੜ੍ਹਦਾ ਜੀ। ਇੱਕ ਤਾਂ ਹੈਗਾ ਜੀ ਕੁਲਬੀਰ ਬਰਾੜ ਜੀ, ਇਹ ਲਿਖਦੇ ਨੇ ਜੀ ਪਠਾਨਕੋਟ ਤੋਂ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੇ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ, ਤੇ ਕਹਿੰਦੇ ਨੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜਾ ਇਹ ਸੀਟੀਆਂ ਵੱਜਦੀਆਂ ਨੇ, ਜਾਂ ਫਿਰ ਕਹਿੰਦੇ ਨੇ ਵੀ ਜਦੋਂ ਕਿਸੇ ਪੁਰਾਣੇ ਬਜ਼ੁਰਗ ਨੂੰ ਘਰੇ ਪ੍ਰੋਬਲਮ ਆਈ ਹੋਵੇ ਤਾਂ ਉਸ ਪ੍ਰੋਬਲਮ ਕਰਕੇ ਹੀ ਅੱਗੇ ਪ੍ਰੋਬਲਮ ਆਉਂਦੀ ਆ। ਉਹ ਕਹਿੰਦੇ ਵੀ ਮੈਂ ਇਸ ਬਿਮਾਰੀ ਤੋਂ ਗ੍ਰਸਤ ਹਾਂ, ਪਰ ਕਿਰਪਾ ਕਰਕੇ ਇਹ ਧਿਆਨ ਰੱਖਣ ਜੀ ਵੀ ਮੈਂ ਕੱਲਾ ਹੀ ਹਾਂ, ਮੇਰੇ ਪਰਿਵਾਰ ਚ ਜਾਂ ਮੇਰੇ ਪਿਛੋਕੜ ਚ ਪਹਿਲਾਂ ਕਿਸੇ ਨੂੰ ਇਹ ਪ੍ਰੋਬਲਮ ਨਹੀਂ ਹੋਈ ਸੀ, ਤੇ ਮੇਰੇ ਅਕਸਰ ਸਾਹ ਲੈਣ ਸਮੇਂ ਸੀਟੀਆਂ ਵੱਜਦੀਆਂ ਹਨ। ਤੇ ਇੱਕ ਹੋਰ ਪੁੱਛ ਰਹੇ ਨੇ ਜੀ ਭਾਜੀ, ਉਹ ਹੈਗੇ ਨੇ, ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਜੀ, ਕੱਲਾ ਨੰਬਰ ਆਇਆ ਗਾ, ਪਿਛਲਾ ਨੰਬਰ ਹੈ ਜੀ 693। ਉਹ ਕਹਿੰਦੇ ਨੇ ਜੀ, ਕਹਿੰਦੇ ਨੇ ਵੀ ਜਿਹੜਾ ਤੁਸੀਂ ਇਨਹੇਲਰ ਦੀ ਗੱਲ ਕੀਤੀ ਹੈ ਉਹ ਲੈਣਾ ਕਿੰਨਾ ਕੁ ਵਾਜਬ ਹੈ ਜਾਂ ਉਸ ਦਾ ਕਿੰਨਾ ਕੁ ਨੁਕਸਾਨ ਹੈ? ਗੁਰਜੀਤ ਸਿੰਘ ਜੀ, ਸਭ ਤੋਂ ਵੀਰ ਜੀ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਜੋ ਵੀਰ ਜੀ ਪਠਾਨਕੋਟ ਨੇ ਜੋ ਕਹਿੰਦੇ ਇਕੱਲੇ ਰਹਿੰਦੇ ਆ। ਮੈਂ ਇੱਕ ਗੱਲ ਕਹੀ ਆ ਵੀ ਇਹਦਾ ਮਤਲਬ ਇਹ ਨਹੀਂ, ਜਰੂਰੀ ਨਹੀਂ ਹੈਗਾ ਵੀ ਉਸੇ ਹੀ ਦਮੇ ਦੀ ਬਿਮਾਰੀ ਹੋਣੀ ਆ ਜਿਨ੍ਹਾਂ ਦੇ ਪਰਿਵਾਰ ਵਿੱਚ ਇਹ ਬਿਮਾਰੀ ਚੱਲਦੀ ਆ ਰਹੀ ਹੈ। ਕਈਆਂ ਦੇ ਆਪਣੇ ਖਾਣ ਪੀਣ ਦੇ ਨਾਲ, ਕੁਛ ਮੌਸਮ ਦੀ ਐਲਰਜੀ ਨਾਲ, ਜਾਂ ਉਸ ਜਗ੍ਹਾ ਜਿੱਥੇ ਉਹ ਰਹਿੰਦੇ ਉੱਥੋਂ ਉਹਨਾਂ ਨੂੰ ਇੱਦਾਂ ਦੀ ਐਲਰਜੀ ਹੋ ਗਈ ਜਿਹਦੇ ਨਾਲ ਉਹਨਾਂ ਨੂੰ ਦਮੇ ਵਰਗੀ ਭਿਆਨਕ ਬਿਮਾਰੀ ਲੱਗ ਗਈ, ਠੀਕ ਹੈ ਜੀ। ਠੀਕ ਹੈ ਜੀ। ਉਸ ਦੇ ਸੰਬੰਧ ਦੇ ਵਿੱਚ ਆਪਾਂ ਲਾਸਟ ਦੇ ਵਿੱਚ ਨੰਬਰ ਅਨਾਊਂਸ ਕਰਾਂਗੇ ਆਪਣਾ। ਜਿਸ ਕਿਸੇ ਵੀ ਮੇਰੇ ਸੋਤੇ ਵੀਰ ਨੂੰ ਮੇਰੇ ਤੱਕ ਜ਼ਰੂਰਤ ਪੈਂਦੀ ਆ, ਮੇਰੀ ਹੈਲਪ ਦੀ ਜ਼ਰੂਰਤ ਆ, ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰਕੇ ਉਹਨਾਂ ਨੂੰ ਹਰੇਕ ਗੱਲ ਦਾ ਹਰੇਕ ਸੋਲੂਸ਼ਨ ਦੱਸਣ ਦੀ ਕੋਸ਼ਿਸ਼ ਕਰੂੰਗਾ। ਠੀਕ ਹੈ ਜੀ। ਤੇ ਡਾਕਟਰ ਸਾਹਿਬ ਇੱਕ ਹੋਰ ਸਵਾਲ ਸੀ, ਉਹ ਕਹਿੰਦੇ ਸੀ ਵੀ ਜਿਹੜਾ ਇਨਹੇਲਰ ਕੈਪਸੂਲ ਹੈ ਉਹ ਕਿੰਨਾ ਕੁ ਲੈਣਾ ਵਾਜਬ ਹੈ ਜਾਂ ਕਿੰਨਾ ਕੁ ਉਸਦਾ ਨੁਕਸਾਨ? ਗੁਰਜੀਤ ਸਿੰਘ ਜੀ, ਜਿਹੜਾ ਇਹ ਵਾਲਾ ਇਨਹੇਲਰ ਜਾਂ ਪੰਪ ਲੈਣੇ ਆਪਾਂ, ਇਹ ਸਾਨੂੰ ਤੁਰੰਤ ਰਾਹਤ ਦਿੰਦਾ ਜਦੋਂ ਸਾਡੀਆਂ ਜਿਹੜੀਆਂ ਸਾਹ ਵਾਲੀਆਂ ਨਾਲੀਆਂ ਉਹਨਾਂ ਵਿੱਚ ਤੰਗੀ ਆਉਂਦੀ ਆ, ਉਹ ਖੁੱਲਦੀਆਂ ਨਹੀਂ ਹੈਗੀਆਂ, ਉਹ ਸਾਨੂੰ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ।
ਪਰ ਉਸਦੇ ਲਈ ਆਪਣੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਿੱਥੋਂ ਟ੍ਰੀਟਮੈਂਟ ਉਹਨਾਂ ਦਾ ਚੱਲਦਾ ਉਹਨਾਂ ਦੇ ਨਾਲ ਆਪਣਾ ਰਾਬਤਾ ਉਹ ਜ਼ਰੂਰ ਬਣਾ ਕੇ ਰੱਖਣਾ ਕਿਉਂ ਦਮੇ ਦੀ ਬਿਮਾਰੀ ਆ ਸਾਹ ਦੀ ਬਿਮਾਰੀ ਆ ਜਿੰਨੀ ਕੁ ਦਵਾਈ ਦੀ ਜ਼ਰੂਰਤ ਆ ਆਪਣੀ ਮਰਜ਼ੀ ਦੇ ਨਾਲ ਇੱਕ ਵਾਰ ਵੀ ਪੰਪ ਲਿਆ ਕੇ ਘਰ ਰੱਖ ਲਿਆ ਮੁੜ ਕੇ ਡਾਕਟਰ ਸਾਹਿਬਾਂ ਨੂੰ ਦਿਖਾਇਆ ਹੀ ਨਹੀਂ ਹੈਗਾ ਖਾਸ ਕਰਕੇ ਏਦਾਂ ਦੇ ਮਰੀਜ਼ ਜ਼ਰੂਰ ਡਾਕਟਰ ਸਾਹਿਬ ਦੇ ਸੰਪਰਕ ਵਿੱਚ ਰੱਖਣ ਰਹਿਣ ਚਾਹੇ ਹਫ਼ਤੇ ਬਾਅਦ 10 ਦਿਨ ਬਾਅਦ ਤੇ ਜੇ ਆਪਾਂ ਕਹੀਏ ਤੁਰੰਤ ਇਲਾਜ ਇਹਨਾਂ ਇਹੋ ਜਿਹੇ ਪੇਸ਼ੈਂਟਾਂ ਵਾਸਤੇ ਸਿਰਫ ਤੇ ਸਿਰਫ ਇੱਕ ਜਿਹੜਾ ਸਾਹ ਲੈਣ ਵਾਲਾ ਪੰਪ ਆ ਉਹ ਇੱਕ ਰਾਮਬਾਣ ਸਾਬਤ ਹੋਇਆ ਹੋਇਆ। ਬਿਲਕੁਲ ਜੀ, ਤੁਸੀਂ ਆਪਣੇ ਡਾਕਟਰ ਸਾਹਿਬਾਨਾਂ ਦੇ ਨਾਲ ਰਾਬਤਾ ਜ਼ਰੂਰ ਰੱਖੋ ਤੇ ਪਰ ਸਰੋਤੇ ਵੀ ਸਾਡੇ ਨਾਲ ਰਾਬਤਾ ਰੱਖੇ ਹੋਏ ਨੇ ਜੀ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਨਾਲ ਨਾਲ ਜੇਕਰ ਤੁਸੀਂ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਜੀ 9888909139 ਦੇ ਉੱਤੇ। ਸਾਡੇ ਨਾਲ ਮੌਜੂਦ ਨੇ ਜੀ ਡਾਕਟਰ ਸ਼ੇਰ ਸਿੰਘ ਮੰਡੇਰ ਜੋ ਦਮਾ ਤੇ ਅਸਥਮਾ ਦੇ ਉੱਤੇ ਜਾਣਕਾਰੀ ਦੇ ਰਹੇ ਨੇ। ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਪਰਸੈਂਟੇਜ ਦੀ ਗੱਲ ਕੀਤੀ ਸੀ, ਫਿਰ ਭਾਰਤ ਦੇ ਵਿੱਚ ਦਮੇ ਦੇ ਕਿੰਨੇ ਕੁ ਪਰਸੈਂਟੇਜ ਲੋਕ ਨੇ ਜੀ? ਗੁਰਜੀਤ ਸਿੰਘ ਜੀ, ਸਾਡੇ ਭਾਰਤ ਵਰਗੇ ਦੇਸ਼ ਵਿੱਚ ਬਹੁਤੇ ਲੋਕ ਦਮੇ ਨੂੰ ਇੱਕ ਕਲੰਕਤ ਮੰਨਦੇ ਨੇ। ਜਿਹੜੀ ਦਮੇ ਦੀ ਬਿਮਾਰੀ ਆ ਇਹਨੂੰ ਕਹਿੰਦੇ ਜੀ ਇਹ ਕਲੰਕ ਆ। ਕਈ ਲੋਕ ਤਾਂ ਇੱਥੇ ਤੱਕ ਹੀ ਮੈਂ ਦੇਖਿਆ ਵੀ ਇਹ ਆਪਣੀ ਬਿਮਾਰੀ ਨੂੰ ਛੁਪਾ ਕੇ ਰੱਖਦੇ ਨੇ ਤੇ ਇੱਥੇ ਤੱਕ ਵੀ ਕਹਿੰਦੇ ਨੇ ਵੀ ਜੇ ਇਨਹੇਲਰ ਲੈ ਲਿਆ ਇਹਦੀ ਆਦਤ ਪੈ ਜਾਣੀ ਆ, ਜਦੋਂ ਜ਼ਰੂਰਤ ਪਈ ਉਦੋਂ ਲੈ ਲਿਆ, ਨਹੀਂ ਲੋੜ ਦਮਾ ਠੀਕ ਹੋ ਗਿਆ ਤਾਂ ਬੰਦ ਕਰਨਾ, ਜੇ ਲੱਛਣ ਲੈ ਗਏ ਮੈਂ ਦੇਖਣ ਲੱਗ ਗਏ ਤਾਂ ਫਿਰ ਲੈ ਗਿਆ। ਇਸ ਲਈ ਕੀ ਹੁੰਦਾ ਵੀ ਜਦੋਂ ਮਰੀਜ਼ ਆਪਣੀ ਮਰਜ਼ੀ ਦੇ ਨਾਲ ਦਮੇ ਵਰਗੀ ਬਿਮਾਰੀ ਦਾ ਇਲਾਜ ਆਪਣੇ ਆਪ ਕਰਦਾ ਤਾਂ ਬਿਮਾਰੀ ਹੋਰ ਵੀ ਗੰਭੀਰ ਹੋ ਜਾਂਦੀ ਆ। ਹੁਣ ਰਹੀ ਗੱਲ ਵੀ ਦਮਾ ਦੀ ਇੰਡੀਆ ਦੇ ਵਿੱਚ ਨੰਬਰ ਔਰ ਰੇਟ ਕੀ ਨੇ, ਹੁਣ ਜਿਹੜੀ ਦਮੇ ਵਰਗੀ ਭਿਆਨਕ ਬਿਮਾਰੀ ਆ, ਗਲੋਬਲ ਐਸਮਾ ਰਿਪੋਰਟ ਜਦੋਂ 2018 ਦੇ ਮੁਤਾਬਕ ਭਾਰਤ ਸਾਡੇ ਭਾਰਤ ਦੀ ਆਬਾਦੀ 130 ਕਰੋੜ ਦੇ ਲਗਭਗ ਹੈ, ਉਸ ਆਬਾਦੀ ਦੇ ਮਗਰ 130 ਕਰੋੜ ਆਬਾਦੀ ਦੇ ਮਗਰ 6% ਬੱਚੇ 2% ਬਾਲਗ ਜਿਨ੍ਹਾਂ ਨੂੰ ਇਸ ਦਮੇ ਵਰਗੀ ਗੰਭੀਰ ਬਿਮਾਰੀ ਨੇ ਘੇਰਿਆ ਹੋਇਆ। ਠੀਕ ਹੈ ਜੀ, ਹੈਲੋ, ਹਾਂਜੀ ਹਾਂਜੀ ਡਾਕਟਰ ਸਾਹਿਬ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ, ਵੀ ਮੈਂ ਗੁਰਜੀਤ ਸਿੰਘ ਜੀ ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਵੀ ਜਿਹੜੇ ਸਾਡੇ ਭਾਰਤ ਦੇ ਲੋਕ ਨੇ ਉਹ ਕੁਦਰਤੀ ਗੱਲ ਆ ਵੀ ਇਹ ਆਪਣੀ ਬਿਮਾਰੀ ਨੂੰ ਛੁਪਾ ਕੇ ਰੱਖਦੇ ਆ। ਉਹ ਦਮੇ ਵਰਗੀ ਬਿਮਾਰੀ ਨੂੰ ਕੀ ਦੱਸਦੇ ਵੀ ਇਹਦਾ ਜੀ ਕਲੰਕਤ ਆ, ਉਹ ਆਪਣੀ ਬਿਮਾਰੀ ਨੂੰ ਛੁਪਾ ਕੇ ਰੱਖਦੇ ਆ। ਹੁਣ ਜਿਵੇਂ ਤੁਸੀਂ ਗੱਲ ਕਰੀ ਵੀ ਨੰਬਰ ਆਫ ਰੇਟ ਦੀ, ਨੰਬਰ ਆਫ ਰੇਟ ਜੇ ਆਪਾਂ ਕਰੀਏ ਸਾਡੇ ਭਾਰਤ ਦੀ ਆਬਾਦੀ 130 ਕਰੋੜ ਆ, ਹਾਂਜੀ 130 ਕਰੋੜ ਆਬਾਦੀ ਦੇ ਪਿੱਛੇ 6% ਬੱਚੇ ਐਸਮਾ ਵਰਗੀ ਬਿਮਾਰੀ ਦੇ ਗ੍ਰਸਤ ਨੇ ਤੇ 2% ਜਿਹੜੇ ਬਾਲਗ ਲੋਕ ਨੇ ਉਹ ਇਸ ਬਿਮਾਰੀ ਦੇ ਗ੍ਰਸਤ ਹੋ ਚੁੱਕੇ ਨੇ। ਠੀਕ ਹੈ ਤੇ ਡਾਕਟਰ ਸਾਹਿਬ ਇੱਕ ਸਵਾਲ ਹੋਰ ਆ ਗਿਆ ਜੀ, ਇਹ ਹੈਗਾ ਜੀ ਕਿਸੇ ਭੈਣ ਜੀ ਨੇ ਸਵਾਲ ਕੀਤਾ, ਪਰਮਜੀਤ ਕੌਰ ਜੀ ਸੰਗਰੂਰ ਤੋਂ, ਉਹਨਾਂ ਨੇ ਲਿਖਿਆ ਜੀ ਕਹਿੰਦੇ ਵੀ ਇੱਕ ਜਿਹੜਾ ਸੁਹਾਂਜਨੇ ਦਾ ਬੂਟਾ ਹੈ ਜਾਂ ਉਸਦੇ ਪੱਟੀਆਂ ਨੇ ਉਹ ਵੀ ਸਾਨੂੰ ਇਸ ਦੇ ਵਿੱਚ ਸਹਿਯੋਗ ਦੇ ਸਕਦੀਆਂ, ਵੀ ਸਾਨੂੰ ਉਸ ਦੇ ਵਿੱਚ ਸਾਹ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਦੇ ਵਿੱਚ ਸਾਡਾ ਰਾਮਬਣ ਬਣ ਸਕਦੀਆਂ ਨੇ। ਗੁਰਜੀਤ ਸਿੰਘ ਜੀ, ਜਿਹੜਾ ਸੁਹਾਂਜਨੇ ਦਾ ਬੂਟਾ ਹੈ, ਹਾਂਜੀ ਉਹ ਇਹ ਮਲਟੀ ਵਿਟਾਮਿਨ ਆ, ਉਹ ਪਰਮਜੀਤ ਕੌਰ ਸੰਗਰੂਰ ਤੋਂ ਜੀ। ਹਾਂਜੀ, ਮੈਂ ਸਭ ਤੋਂ ਪਹਿਲਾਂ ਭੈਣ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਫੋਨ ਕੀਤਾ, ਮਿਹਰਬਾਨੀ ਸ਼ੁਕਰੀਆ ਉਹਨਾਂ ਦਾ। ਤੇ ਜਿਹੜਾ ਉਹਨਾਂ ਨੇ ਗੱਲ ਕੀਤੀ ਆ ਸੁਹੰਜਣੇ ਦੇ ਬੂਟੇ ਦੀ, ਠੀਕ ਹੈ ਜੀ, ਜਿਹੜਾ ਸੁਹੰਜਣੇ ਦਾ ਬੂਟਾ ਹੈ ਉਹ ਪਹਿਲੀ ਗੱਲ ਆ ਵੀ ਉਹ ਇੰਨਾ ਮਲਟੀ ਵਿਟਾਮਿਨ ਇੰਨਾ ਤਾਕਤਵਰ ਆ, ਉਹਦੇ ਵਿੱਚ ਸਾਨੂੰ ਇਹੋ ਜਿਹੇ ਤੱਤ ਮਿਲਦੇ ਨੇ, ਹਾਂਜੀ ਜੀ, ਜੋ ਸਾਡੇ ਫੇਫੜਿਆਂ ਨੂੰ ਉਹਦੇ ਨਾਲ ਤਾਕਤ ਮਿਲਦੀ ਆ। ਔਰ ਦੂਸਰੀ ਗੱਲ ਆ ਗਈ ਵੀ ਜਿਹੜਾ ਦਮੇ ਦਾ ਰੋਗੀ ਆ ਉਹਨੂੰ ਖਾਸ ਕਰਕੇ ਕੀ ਆ ਆਕਸੀਜਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ, ਠੀਕ ਹੈ ਜੀ, ਤੇ ਜਿਹੜਾ ਸੁਹੰਜਣੇ ਦਾ ਬੂਟਾ ਹੈ ਉਹ ਆਕਸੀਜਨ ਨਾਲ ਭਰਪੂਰ ਆ, ਉਹਦੇ ਵਿੱਚ ਤੱਤੇ ਉਸ ਬੂਟੇ ਦੇ ਵਿੱਚ ਉਸਦੇ ਪੱਤਿਆਂ ਦੇ ਵਿੱਚ ਜਾਂ ਉਸਦੇ ਫਲ ਦੇ ਵਿੱਚ ਤਾਕਤ ਇੰਨੀ ਆ ਵੀ ਜਿਹੜਾ ਦਮੇ ਦਾ ਰੋਗੀ ਆ ਉਹਦੇ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਆਉਂਦਾ। ਠੀਕ ਹੈ ਜੀ, ਹਾਂਜੀ, ਤੇ ਡਾਕਟਰ ਸਾਹਿਬ ਜੇਕਰ ਦਮੇ ਦਾ ਮਰੀਜ਼ ਹੋਵੇ ਫਿਰ ਉਸਦੀ ਜਾਂਚ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਜੀ? ਹਾਂਜੀ ਗੁਰਜੀਤ ਸਿੰਘ ਜੀ, ਹੁਣ ਦਮੇ ਦੇ ਮਰੀਜ਼ਾਂ ਦੀ ਜੇ ਆਪਾਂ ਗੱਲ ਕਰੀਏ, ਜਿਹੜੇ ਦਮੇ ਦੇ ਮਰੀਜ਼ ਹੁੰਦੇ ਆ ਉਹਨਾਂ ਦੇ ਲਈ ਜਿਹੜੇ ਚੈਸਟ ਸਪੈਸ਼ਲਿਸਟ ਡਾਕਟਰਾਂ ਵੱਲੋਂ ਜੋ ਉਹਨਾਂ ਦੇ ਜ਼ਰੂਰੀ ਟੈਸਟ ਹੁੰਦੇ ਨੇ ਉਹਨਾਂ ਦੀ ਉਹ ਪੂਰੀ ਜਾਂਚ ਕਰਵਾ ਕੇ ਉਹਦਾ ਪਤਾ ਲੱਗ ਜਾਂਦਾ। ਹੁਣ ਦੇਖੋ ਜੇ ਆਪਾਂ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਤਾਂ ਕੋਈ ਸਾਧਨ ਹੁੰਦੇ ਨਹੀਂ ਸੀਗੇ, ਬਹੁਤ ਘੱਟ ਹੁੰਦੇ ਸੀ
ਬਹੁਤ ਘੱਟ ਹੁੰਦੇ ਸੀ, ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਸੀਗੇ। ਠੀਕ ਹੈ ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਵਿਗਿਆਨ ਨੇ ਇੰਨੀ ਜ਼ਿਆਦਾ ਖੋਜ ਕਰ ਲਈ ਆ ਵੀ ਕਿਸੇ ਵੀ ਬਿਮਾਰੀ ਦਾ ਬਹੁਤ ਜਲਦੀ ਪਤਾ ਲੱਗ ਜਾਂਦਾ। ਜਿਵੇਂ ਸਭ ਤੋਂ ਪਹਿਲਾਂ ਅਸੀਂ ਕੀ ਕਰ ਰਹੇ ਹਾਂ, ਬਲੱਡ ਦੇ ਟੈਸਟ ਕਰਵਾਉਣੇ, ਖੂਨ ਦੀ ਜਾਂਚ ਕਰਕੇ ਸਭ ਤੋਂ ਪਹਿਲਾਂ ਤੇ ਇਹ ਪਤਾ ਲੱਗ ਜਾਂਦਾ ਵੀ ਖੂਨ ਦੇ ਵਿੱਚ ਕਿੰਨੀ ਕੁ ਇਨਫੈਕਸ਼ਨ ਪਈ ਹੋਈ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਗਈ। ਫਿਰ ਇੱਕ ਜਿੱਦਾਂ ਹੁਣ ਇਹ ਜਿਹੜੇ ਚੈਸਟ ਡਾਕਟਰ ਨੇ, ਦਮੇ ਦੇ ਮਾਹਰ ਡਾਕਟਰ ਨੇ, ਉਹ ਦੇਖਦੇ ਆ ਵੀ ਜਦੋਂ ਰੋਗੀ ਸਾਹ ਲੈਂਦਾ, ਉਹਨੂੰ ਸਾਹ ਲੈਣ ਸਮੇਂ ਸਾਹ ਕਿੰਨੀ ਤੇਜ਼ੀ ਨਾਲ ਲੈ ਸਕਦਾ ਤੇ ਕਿੰਨੀ ਤੇਜ਼ੀ ਨਾਲ ਛੱਡਦਾ। ਠੀਕ ਹੈ ਜੀ। ਅੱਛਾ, ਫਿਰ ਉਹ ਕੀ ਦੇਖਦੇ ਆ ਵੀ ਸਾਹ ਲੈਣ ਸਮੇਂ ਇਹ ਦੇਖਿਆ ਜਾਂਦਾ ਵੀ ਸਾਹ ਲੈਣ ਸਮੇਂ ਜਿਹੜੀ ਕਿੰਨੀ ਹਵਾ ਫੇਫੜਿਆਂ ਦੇ ਅੰਦਰ ਜਾਂਦੀ ਆ, ਜਦੋਂ ਉਹ ਸਾਹ ਛੱਡਦਾ ਕਿੰਨੀ ਹਵਾ ਫੇਫੜਿਆਂ ਦੇ ਬਾਹਰ ਆਉਂਦੀ ਆ। ਫਿਰ ਇੱਕ ਟੈਸਟ ਹੁੰਦੇ ਆ ਲੰਗਜ ਫੰਕਸ਼ਨ ਟੈਸਟ, ਉਹ ਇੱਕ ਫੇਫੜਿਆਂ ਦਾ ਟੈਸਟ ਹੁੰਦਾ, ਉਹ ਬਹੁਤ ਹੀ ਤਕਨੀਕ ਦੇ ਨਾਲ ਕੀਤਾ ਜਾਂਦਾ, ਉਹ ਵੀ ਜਿਹੜੇ ਮਾਹਰ ਡਾਕਟਰ ਨੇ ਉਹ ਕਰਦੇ ਨੇ। ਠੀਕ ਹੈ ਜੀ। ਅੱਗੇ ਆ ਜਾਂਦੀ ਆ ਵੀ ਇਹਦੇ ਅਨੇਕਾਂ ਹੋਰ ਵੀ ਟੈਸਟ ਹੁੰਦੇ ਨੇ, ਜਿਵੇਂ ਹੋ ਗਿਆ ਵੀ ਐਲਰਜੀ ਦਾ ਟੈਸਟ। ਠੀਕ ਹੈ, ਇਹੋ ਜਿਹੇ ਕਈ ਟੈਸਟ ਕਰਵਾ ਕੇ ਜਿਹੜੇ ਜੀ ਦਮੇ ਦੀ ਸ਼ਿਕਾਇਤ ਆ ਉਹ ਤਾਂ ਆਪਾਂ ਪਤਾ ਲਾ ਸਕਦੇ ਹਾਂ। ਅੱਛਾ ਜੀ। ਤੇ ਡਾਕਟਰ ਸਾਹਿਬ, ਦਮੇ ਦੇ ਮਰੀਜ਼ਾਂ ਨੂੰ ਕੀ ਪਰਹੇਜ਼ ਕਰਨੇ ਚਾਹੀਦੇ ਨੇ, ਖਾਣ ਪੀਣ ਦੇ ਜਾਂ ਫਿਰ ਹੋਰ ਕੁਛ? ਤੇ ਡਾਕਟਰ ਸਾਹਿਬ, ਇੱਕ ਮੈਸੇਜ ਵੀ ਆ ਗਿਆ ਜੀ, ਇਹ ਵੀ ਮੈਂ ਪੜ੍ਹਦਾ ਤੁਹਾਨੂੰ ਨਾਲ। ਇਹ ਹੈਗਾ ਜੀ ਵਰਿੰਦਰਪਾਲ ਜੀ। ਹਾਂਜੀ, ਵਰਿੰਦਰਪਾਲ ਜੀ ਤਪਾ ਮੰਡੀ ਤੋਂ ਲਿਖਦੇ ਨੇ ਜੀ। ਉਹ ਕਹਿੰਦੇ ਨੇ ਵੀ ਜਿਹੜਾ ਇੱਕ ਰੇਸ਼ਾ ਉਹ ਅੰਦਰ ਗਿਰ ਜਾਂਦਾ, ਹਾਂਜੀ, ਰੇਸ਼ਾ ਅੰਦਰ ਗਿਰੀ ਜਾਂਦਾ, ਇਸ ਦਾ ਕਿਸ ਤਰ੍ਹਾਂ ਅਸੀਂ ਇਲਾਜ ਕਰ ਸਕਦੇ ਆ? ਗੁਰਜੀਤ ਸਿੰਘ ਜੀ, ਜਦੋਂ ਰੇਸ਼ਾ ਸਾਡੇ ਅੰਦਰ ਡਿੱਗਣ ਲੱਗ ਗਿਆ, ਹਾਂਜੀ, ਉਹਨੇ ਕੀ ਕਰਨਾ, ਜਿਹੜੀਆਂ ਸਾਡੀਆਂ ਸਾਹ ਨਾਲੀਆਂ ਦੇ ਵਿੱਚ ਰੇਸ਼ਾ ਜੰਮਣਾ ਸ਼ੁਰੂ ਹੁੰਦਾ, ਰੇਸ਼ਾ ਜੰਮਣ ਦੇ ਨਾਲ ਉਹ ਫੇਫੜਿਆਂ ਤੇ ਇਫੈਕਟ ਪਾਉਂਦਾ, ਫੇਫੜਿਆਂ ਦੇ ਇਫੈਕਟ ਪੈਣ ਦੇ ਨਾਲ ਹੀ ਫੇਰ ਦਮੇ ਦਾ ਬਿਮਾਰੀ ਹੁੰਦੀ ਆ। ਹਾਂਜੀ ਹਾਂਜੀ। ਉਸਦੇ ਲਈ ਪਹਿਲੀ ਤਾਂ ਗੱਲ ਮੈਂ ਕੁਛ ਇਲਾਜ ਦੱਸਣ ਲੱਗਿਆ ਹੋਇਆ ਅੱਜ। ਠੀਕ ਹੈ ਜੀ। ਸਰੋਤੇ ਇਸ ਆਪਣੇ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ, ਅਗਰ ਕਿਸੇ ਨੂੰ ਫਿਰ ਵੀ ਜ਼ਰੂਰਤ ਪੈਂਦੀ ਆ, ਮੈਂ ਪਹਿਲਾਂ ਵੀ ਗੱਲ ਕੀਤੀ ਆ, ਮੈਂ ਲਾਸਟ 'ਚ ਨੰਬਰ ਦੱਸੂਗਾ, ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਲੈਣ। ਜੋ ਘਰੇਲੂ ਇਲਾਜ, ਹੁਣ ਦੇਖੋ ਅੱਜ ਦੇ ਸ਼ੋਅ 'ਚ ਆਪਾਂ ਕੁਛ ਇਲਾਜ ਦੱਸ ਸਕਦੇ ਹਾਂ, ਪੂਰਾ ਬਰੀਕੀ ਨਾਲ ਨਹੀਂ ਦੱਸ ਸਕਦੇ। ਕਿਸੇ ਵੀ ਸਰੋਤੇ ਨੂੰ ਜ਼ਰੂਰਤ ਪੈਂਦੀ ਆ, ਮੈਨੂੰ ਜਦੋਂ ਮਰਜ਼ੀ ਪ੍ਰੋਗਰਾਮ ਤੋਂ ਬਾਅਦ ਜਾਂ ਜਦੋਂ ਦਿਨ ਦੇ ਵਿੱਚ ਕਦੇ ਵੀ ਲੋੜ ਪੈਂਦੀ, ਜਦੋਂ ਮਰਜ਼ੀ ਕਾਲ ਕਰ ਸਕਦੇ। ਬਿਲਕੁਲ ਜੀ। ਤੇ ਫਿਰ ਡਾਕਟਰ ਸਾਹਿਬ, ਉਹ ਸਵਾਲ ਸੀਗਾ ਆਪਣਾ ਵੀ ਦਮੇ ਨੂੰ ਕਿਸ ਤਰ੍ਹਾਂ ਦਾ ਖਾਣ ਪੀਣ ਦਾ ਪਰਹੇਜ਼ ਰੱਖਣਾ ਚਾਹੀਦਾ? ਹਾਂਜੀ ਸੁਰਜੀਤ ਸਿੰਘ ਜੀ, ਜਿਹੜੇ ਦਮੇ ਦੇ ਰੋਗੀ ਹੁੰਦੇ ਆ ਨੂੰ ਹਮੇਸ਼ਾ ਠੰਡੀਆਂ ਤੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਪਹਿਲਾ ਨੰਬਰ ਤਾਂ ਇਹ ਆ ਗਿਆ, ਦੁੱਧ ਜਾਂ ਦੁੱਧ ਤੋਂ ਬਣੀ ਹੋਈ ਚੀਜ਼ਾਂ ਤੋਂ ਖਾਸ ਕਰਕੇ ਪਰਹੇਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਕਿਉਂ ਦੁੱਧ ਦੇ ਨਾਲ ਰੇਸ਼ਾ ਬਣਦਾ, ਜਦੋਂ ਰੇਸ਼ਾ ਅੰਦਰ ਜਮ੍ਹਾਂ ਹੁੰਦੇ ਆ ਤੇ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ। ਅਗਲਾ ਆ ਗਿਆ ਪੁਆਇੰਟ ਜੀ, ਜਿਵੇਂ ਚੀਨੀ ਹੋ ਗਈ, ਮੈਦਾ ਹੋ ਗਿਆ, ਡਬਲ ਰੋਟੀ ਹੋ ਗਈ, ਬਿਸਕੁਟ ਹੋ ਗਏ, ਸੋਡਾ ਵਾਟਰ ਹੋ ਗਿਆ, ਕੋਲਡ ਡਰਿੰਕ ਹੋ ਗਏ, ਆਈਸਕ੍ਰੀਮਾਂ ਹੋ ਗਈਆਂ, ਬੀੜੀ, ਸਿਗਰਟ, ਸ਼ਰਾਬ, ਤੰਬਾਕੂ, ਜਿਹੜੀਆਂ ਇਹਨਾਂ ਚੀਜ਼ਾਂ ਨੂੰ ਬੰਦ ਕਰ ਦੇਣਾ ਚਾਹੀਦਾ। ਇਹਨਾਂ ਚੀਜ਼ਾਂ ਦਾ ਖਾਸ ਕਰਕੇ ਪਰਹੇਜ਼ ਬਹੁਤ ਜ਼ਰੂਰੀ ਹੈ। ਹੁਣ ਗੱਲ ਆ ਗਈ ਵੀ ਜਿਹੜੇ ਦਮੇ ਦੇ ਰੋਗੀ ਨੇ ਉਹਨਾਂ ਨੂੰ ਹਮੇਸ਼ਾ ਹੀ ਠੰਡਾ ਪਾਣੀ ਪੀਣ ਤੋਂ ਅਤੇ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ। ਠੀਕ ਹੈ ਜੀ। ਤੇ ਦੂਜੀ ਗੱਲ, ਅਗਲਾ ਮੇਰਾ ਸਵਾਲ ਆ, ਕੁਐਸਚਨ ਪੁਆਇੰਟ ਆ ਗਿਆ ਵੀ ਜਿਹੜੇ ਦਮੇ ਦੇ ਰੋਗੀ ਨੇ ਉਹਨਾਂ ਨੂੰ ਹਮੇਸ਼ਾ ਵਾਸਤੇ ਜਿਹੜਾ ਭੋਜਨ ਆ ਉਹਨੂੰ ਬਾਸੀ ਭੋਜਨ ਤੇ ਬਾਸੀ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ। ਠੀਕ ਹੈ ਜੀ। ਹੁਣ ਅਗਲਾ ਆ ਗਿਆ, ਜਿਹੜੇ ਦਮੇ ਦੇ ਰੋਗੀ ਹੁੰਦੇ ਆ ਉਹਨਾਂ ਨੂੰ ਜਿਹੜਾ ਸਰਦੀ ਦਾ ਮੌਸਮ ਆ, ਠੰਡ ਤੋਂ ਜ਼ਰੂਰ ਬਚਣਾ ਚਾਹੀਦਾ, ਖਾਸ ਕਰਕੇ ਦਮੇ ਦੀ ਬਿਮਾਰੀ ਸਰਦੀ ਦੇ ਮੌਸਮ ਵਿੱਚ ਜ਼ਿਆਦਾ ਹੁੰਦੀ ਆ। ਅੱਛਾ ਜੀ। ਅੱਛਾ ਜੀ। ਇਸ ਤੋਂ ਅੱਗੇ ਆ ਗਿਆ, ਜਿਹੜੇ ਦਮੇ ਦੇ ਵਾਲੇ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਨੂੰ ਧੂੰਏ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਧੂੰਏ ਦੀ ਉਹਨਾਂ ਨੂੰ ਧੂੰਆਂ ਥੋੜਾ ਜਿਹਾ ਵੀ ਧੂੰਆਂ ਉਹਦੇ ਅੰਦਰ ਚਲੇ ਗਿਆ, ਉਹਨਾਂ ਨੂੰ ਜਦੇ ਸਾਹ ਰੁਕਣਾ ਸ਼ੁਰੂ ਹੋ ਜਾਂਦਾ। ਜੇ ਉਹਨੂੰ ਕਿਸੇ ਚੀਜ਼ ਤੋਂ ਐਲਰਜੀ ਹੁੰਦੀ ਆ, ਉਸ ਐਲਰਜੀ ਤੋਂ ਬਚਣਾ ਚਾਹੀਦਾ। ਫਿਰ ਜਿਵੇਂ ਆ ਗਏ ਧੂੜ ਕਣ ਹੋ ਗਏ, ਖਾਸ ਕਰਕੇ ਉਹਨਾਂ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ। ਠੀਕ ਹੈ ਜੀ। ਇਹ ਬਲਜੀਤ ਸਿੰਘ ਜੀ ਇਹ ਜੇ ਪਰਹੇਜ਼ ਨੇ, ਬਾਕੀ ਖਾਸ ਕਰਕੇ ਜਿਹੜੇ ਦਮੇ ਦੇ ਮਰੀਜ਼ ਆ ਉਹਨਾਂ ਨੂੰ ਵੀ ਇਹ ਗੱਲਾਂ ਦਾ ਪਤਾ ਵੀ ਇਹ ਬਹੁਤ ਏਦੇ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਆਪਾਂ ਜਿਹਨਾਂ ਨੂੰ ਆਪਾਂ ਗੌਰ ਦੇ ਕੁੱਲ ਮਿਲਾ ਕੇ ਗੱਲ ਕਰੀਏ, ਦਮੇ ਵਾਲੇ ਮਰੀਜ਼ ਨੂੰ ਆਪਣਾ ਬਚਾਅ ਚ ਹੀ ਬਚਾਅ ਹੈ। ਬਿਲਕੁਲ ਜੀ, ਬਿਲਕੁਲ ਆਪਣੇ ਬਚਾਅ ਵਿੱਚ ਹੀ ਬਚਾਅ ਰੱਖਣਾ ਚਾਹੀਦਾ। ਸਭ ਤੋਂ ਪਹਿਲਾਂ ਹੋ ਗਈ ਖਾਣ ਪੀਣ ਦਾ, ਦੂਜੀ ਗੱਲ ਹੋ ਗਈ ਹਮੇਸ਼ਾ ਵਾਸਤੇ ਉਹ ਕੋਸਾ ਪਾਣੀ ਪੀਣ, ਜਿੱਦਾਂ ਹੁਣ ਆਪਾਂ ਕੋਵਿਡ ਚੋਂ ਨਿਕਲ ਕੇ ਚੱਲੇ ਆ, ਉੱਥੇ ਉਹਨਾਂ ਨੇ
ਗਾਈਡਲਾਈਨ ਕੀ ਤੁਸੀਂ ਗਰਮ ਪਾਣੀ ਪੀਓ, ਜਦੋਂ ਨੂੰ ਗਰਮ ਪਾਣੀ ਪੀਓਗੇ ਉਹਦੇ ਨਾਲ ਜਿਹੜੀਆਂ ਸਾਡੀਆਂ ਸਾਹ ਨਾਲੀਆਂ ਜਿਹੜੀਆਂ ਤੰਗ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਉਹ ਸਾਰੀਆਂ ਸਾਫ਼ ਹੁੰਦੀਆਂ ਸੀਗੀਆਂ, ਜਾਂ ਸੋਜਾਈ ਹੁੰਦੀ ਸੀ ਕੋਸੇ ਪਾਣੀ ਦੇ ਨਾਲ ਉਹ ਸਾਫ਼ ਹੋ ਜਾਂਦੀਆਂ ਸੀਗੀਆਂ। ਇਹਦਾ ਮੇਨ ਕਾਰਨ ਇਹੀ ਹੁੰਦਾ ਵੀ ਜੋ ਕੋਈ ਵੀ ਸਾਹ ਦਾ ਰੋਗੀ ਸੀ ਜਾਂ ਉਹਨਾਂ ਦਿਨਾਂ ਵਿੱਚ ਕੋਵਿਡ ਦਾ ਮਰੀਜ਼ ਸੀ ਉਹਨਾਂ ਨੂੰ ਇਸੇ ਕਰਕੇ ਕੋਸਾ ਪਾਣੀ ਦਿੰਦੇ ਸੀਗੇ ਜਾਂ ਕਾੜਾ ਦਿੰਦੇ ਸੀ ਪੀਣ ਨੂੰ, ਕਿਉਂ ਜਿਹੜੀ ਦੁੱਧ ਤੋਂ ਬਣੀ ਹੋਈ ਚਾਹ ਉਹਨਾਂ ਦੀ ਬੰਦ ਕਰਦੇ ਸੀ ਡਾਕਟਰ। ਠੀਕ ਹੈ ਜੀ, ਹਾਂਜੀ ਡਾਕਟਰ ਸਾਹਿਬ ਇੱਕ ਸਵਾਲ ਹੈ ਜੀ, ਹੈ ਨਾ ਭੁਪਿੰਦਰ ਸਿੰਘ ਜੀ ਦਾ ਪੁੱਛੋ ਮੰਡੀ ਤੋਂ, ਉਹ ਲਿਖਦੇ ਨੇ ਕਹਿੰਦੇ ਜੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈਗੀ ਦੁੱਧ ਵਗੈਰਾ ਚੀਜ਼ਾਂ ਨਹੀਂ ਖਾਣੀਆਂ ਪੀਣੀਆਂ, ਵੀ ਜਿਹੜੇ ਬੰਦੇ ਨੂੰ ਸਾਹ ਦੀ ਪ੍ਰੋਬਲਮ ਹੈ ਉਹ ਦੁੱਧ ਦੇ ਵਿੱਚ ਅੰਬਾ ਹਲਦੀ ਪਾ ਕੇ ਪੀ ਸਕਦਾ ਜਾਂ? ਹਾਂਜੀ ਹਾਂਜੀ ਗੁਰਜੀਤ ਸਿੰਘ ਜੀ, ਸਵਾਲ ਮੈਂ ਤੁਹਾਡਾ ਵਿਚਾਲੇ ਟੋਕਤਾ, ਜਿਹੜੇ ਖਾਸ ਕਰਕੇ ਜਿਹੜੇ ਦਮੇ ਦੇ ਮਰੀਜ਼ ਨੇ ਹਾਂਜੀ ਜਾਂ ਸਾਹ ਦੇ ਮਰੀਜ਼ ਨੇ ਉਹ ਅੰਬਾ ਹਲਦੀ ਜਾਂ ਕੱਚੀ ਹਲਦੀ ਪਾ ਕੇ ਬਿਲਕੁਲ ਲੈ ਸਕਦੇ ਨੇ, ਕਿਉਂ ਹਲਦੀ ਇੱਕ ਇੰਨਾ ਵਧੀਆ ਤਕੜਾ ਐਂਟੀਬਾਇਟਿਕ ਆ, ਠੀਕ ਹੈ, ਇਹਦੇ ਵਿੱਚ ਇਹਦਾ ਇਹਦਾ ਦਮਾ ਤਾਂ ਕੀ ਇਹ ਤਾਂ ਕੈਂਸਰ ਵਰਗੀ ਬਿਮਾਰੀ ਨੂੰ ਛੱਡਦੀ ਜਿਹੜੀ ਹਲਦੀ ਆ, ਬਹੁਤ ਹੀ ਤਕੜਾ ਐਂਟੀਬਾਇਟਿਕ ਆ। ਲੋ ਜੀ ਫਿਰ ਪੁੱਛੋ ਮੰਡੀ ਵਾਲੇ, ਫਿਰ ਤੁਸੀਂ ਤਾਂ ਦੁੱਧ ਦੇ ਵਿੱਚ ਪਾਓ ਹਲਦੀ ਤੇ ਤੁਸੀਂ ਹੋ ਜਾਓ ਤਿਆਰ ਤੇ ਕਰ ਲੋ ਫਿਰ ਤੱਤਾ, ਪਰ ਠੰਡੇ ਦੁੱਧ ਚ ਨਾ ਪਾਲਿਓ, ਮੈਨੂੰ ਲੱਗਦਾ ਠੰਡੇ ਚ ਤਾਂ ਡਾਕਟਰ ਸਾਹਿਬ ਪੀਣੀ ਨਹੀਂ ਚਾਹੀਦੀ। ਬਿਲਕੁਲ ਜੀ ਬਿਲਕੁਲ, ਠੰਡੇ ਦੁੱਧ ਚ ਬਿਲਕੁਲ ਨਹੀਂ ਪੀਣੀ ਜੀ। ਤੇ ਡਾਕਟਰ ਸਾਹਿਬ ਜੇਕਰ ਜੇ ਅਗਲਾ ਗੱਲ ਕਰੀਏ ਦਮੇ ਦਾ ਕੋਈ ਪੱਕਾ ਇਲਾਜ ਹੋ ਸਕਦਾ ਤੇ ਜਾਂ ਫਿਰ ਇਸ ਦੇ ਨੁਕਸੇ ਕੀ ਦੱਸਣਾ ਚਾਹੁੰਦੇ ਜੀ ਤੁਸੀਂ? ਹਾਂਜੀ ਵਜੀਤ ਸਿੰਘ ਜੀ, ਇਹ ਇੱਕ ਆਮ ਕਹਾਵਤ ਹੈ ਵੀ ਜਿਹੜਾ ਉਹ ਦਮ ਦੇ ਨਾਲ ਚਲਾ ਜਾਂਦਾ, ਇਹ ਪੁਰਾਣੇ ਸਮੇਂ ਦੀ ਕਹਾਵਤ ਆ, ਠੀਕ ਹੈ ਜੀ, ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕਹਾਵਤ ਆ ਮੈਂ ਬਿਲਕੁਲ ਇਹਨੂੰ ਗਲਤ ਕਹੂੰਗਾ। ਅੱਜ ਦੇ ਸਮੇਂ ਦੇ ਵਿੱਚ ਯੋਗ ਅਭਿਆਸ ਕਰਕੇ ਜਾਂ ਜ਼ਰੂਰੀ ਦਵਾਈਆਂ ਲੈ ਕੇ ਇਸ ਬਿਮਾਰੀ ਤੱਕ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ, ਠੀਕ ਹੈ ਜੀ। ਹੁਣ ਪੁਰਾਣੇ ਸਮੇਂ ਵਿੱਚ ਜਿਹੜੇ ਦਮੇ ਦੇ ਰੋਗੀ ਹੁੰਦੇ ਸੀਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਵੀ ਉਹਨਾਂ ਦਿਨਾਂ ਦੇ ਵਿੱਚ ਕੋਈ ਜਿਹੜੀ ਸਿਹਤ ਸਹੂਲਤ ਹੁੰਦੀ ਸੀ ਉਹ ਬਹੁਤ ਦੂਰ ਹੁੰਦੀ ਸੀ, ਹਸਪੀਟਲ ਦੂਰ ਹੁੰਦੇ ਸੀ, ਠੀਕ ਹੈ, ਜਾਂ ਪਿੰਡਾਂ ਦੇ ਵਿੱਚ ਕੋਈ ਡਾਕਟਰ ਸਾਹਿਬਾਨ ਬਹੁਤ ਘੱਟ ਹੁੰਦੇ ਸੀਗਾ ਹੁੰਦੇ ਸੀ। ਪਰ ਜੇ ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਜੇ ਕੁਛ ਵੀ ਨਹੀਂ ਤਾਂ ਆਰ ਐਮ ਪੀ ਡਾਕਟਰ ਸਾਹਿਬਾਨ ਦੋ ਜਾਂ ਤਿੰਨ ਤਿੰਨ ਹਰੇਕ ਪਿੰਡ ਦੇ ਵਿੱਚ ਹੁੰਦੇ ਨੇ, ਉੱਥੇ ਉਹਨਾਂ ਮਰੀਜ਼ਾਂ ਨੂੰ ਜੇ ਉਹ ਇਲਾਜ ਨਹੀਂ ਕਰ ਸਕਦੇ ਤਾਂ ਉਹਨੂੰ ਮੁੱਢਲੀ ਸਹਾਇਤਾ ਜ਼ਰੂਰ ਦੇ ਸਕਦੇ ਨੇ। ਹਾਂਜੀ, ਹੁਣ ਰਹੀ ਗੱਲ ਤੁਹਾਡੇ ਵਾਲੇ ਸਵਾਲ ਦੀ ਵੀ ਜਿਹੜੀ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ, ਠੀਕ ਹੈ ਜੀ, ਅੱਜ ਜਿਵੇਂ ਜਿਵੇਂ ਅੱਜ ਵਿਗਿਆਨ ਨੇ ਤਰੱਕੀ ਕੀਤੀ ਨਵੀਆਂ ਨਵੀਆਂ ਦਵਾਈਆਂ ਮਾਰਕੀਟ ਵਿੱਚ ਆਈਆਂ, ਇਸ ਦੇ ਨਾਲ ਕਾਫੀ ਹੱਦ ਤੱਕ ਮਰੀਜ਼ ਨੂੰ ਆਰਾਮ ਮਿਲਦਾ, ਪਰ ਜੇਕਰ ਅਸੀਂ ਇਸ ਬਿਮਾਰੀ ਦੀ ਜੜ ਨੂੰ ਫੜ ਲਈਏ ਤਾਂ ਇਸ ਬਿਮਾਰੀ ਦਾ ਪੱਕਾ ਇਲਾਜ ਕੀਤਾ ਜਾਂਦਾ। ਹੁਣ ਜੋ ਜਿਹੜੇ ਸਾਡੇ ਚੈਸਟ ਸਪੈਸ਼ਲਿਸਟ ਡਾਕਟਰ ਹੁੰਦੇ ਦਮੇ ਦੇ ਮਹਾ ਡਾਕਟਰ ਨੇ, ਉਹ ਰੋਗੀ ਦੇ ਪੂਰੇ ਟੈਸਟ ਕਰਵਾ ਕੇ ਰੋਗੀ ਨੂੰ ਪੂਰਾ ਪਰਹੇਜ਼ ਕਰਵਾ ਕੇ ਉਹਦਾ ਇਲਾਜ ਕਰਦੇ ਨੇ। ਉਹਦੇ ਵਿੱਚ ਹੁੰਦਾ ਕੀ ਆ ਵੀ ਉਹ ਜੇ ਆਪਾਂ ਗੱਲ ਕਰੀਏ ਉਹ 100% ਕਾਮਯਾਬ ਵੀ ਹੁੰਦੇ ਨੇ। ਉਹਦਾ ਕਾਰਨ ਕੀ ਹੁੰਦੇ ਆ ਵੀ ਜਦੋਂ ਕਿਸੇ ਆਪਾਂ ਸਪੈਸ਼ਲਿਸਟ ਡਾਕਟਰ ਕੋਲ ਚਲੇ ਗਏ, ਉਹਨਾਂ ਨੇ ਬਿਮਾਰੀ ਪਕੜ ਲਈ, ਬਿਮਾਰੀ ਦੇ ਉਸ ਬਿਮਾਰੀ ਦਾ ਟੈਸਟ ਦੇਖ ਲਏ, ਕਿੱਥੋਂ ਬਿਮਾਰੀ ਸ਼ੁਰੂ ਹੋਈ, ਕਿਵੇਂ ਖਤਮ ਹੋਣੀ ਆ, ਫਿਰ ਉਸ ਚੀਜ਼ ਦਾ ਇਲਾਜ ਹੋ ਜਾਂਦਾ। ਕਿਉਂਕਿ ਦਮੇ ਵਰਗੀ ਬਿਮਾਰੀ ਦਾ ਇਲਾਜ ਘਰ ਬੈਠ ਕੇ ਨਹੀਂ ਹੁੰਦਾ। ਹੁਣ ਜਿਵੇਂ ਜੋ ਮੈਂ ਹੁਣ ਆਪਣੀ ਗੱਲ ਕਰਦਾ, ਜਿਹੜੀਆਂ ਸਾਡੀਆਂ ਹਰਬਲ ਦਵਾਈਆਂ ਨੇ ਗੁਰਜੀਤ ਸਿੰਘ ਜੀ, ਮੈਂ ਉਹ ਦੱਸਣੀ ਚਾਹੁੰਦਾ ਜਿਨ੍ਹਾਂ ਨਾਲ ਮੈਂ ਖੁਦ ਇਲਾਜ ਕਰਦਾ, ਭਾਵੇਂ ਉਹ ਕੋਈ ਵੀ ਭਿਆਨਕ ਤੋਂ ਭਿਆਨਕ ਬਿਮਾਰੀ ਹੋਵੇ, ਅਸੀਂ ਉਸ ਬਿਮਾਰੀ ਨੂੰ ਜੜ ਤੋਂ ਫੜ ਕੇ ਇਲਾਜ ਕਰਦੇ ਹਾਂ। ਜਿਹੜੀਆਂ ਸਾਡੀਆਂ ਸ਼ੁੱਧ ਹਰਬਲ ਦਵਾਈਆਂ ਹੁੰਦੀਆਂ ਨੇ ਉਹ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਹੁੰਦੀਆਂ। ਅੱਜ ਦੇ ਸ਼ੋਅ ਵਿੱਚ ਮੈਂ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਕਿ ਵੀ ਜਿੰਨੀਆਂ ਵੀ ਦੂਸਰੀਆਂ ਪੈਸਿਆਂ ਦੀਆਂ ਦਵਾਈਆਂ ਨੇ ਉਹ ਬਿਨਾਂ ਸ਼ੱਕ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਉਹਦੇ ਨਾਲ ਤੁਰੰਤ ਆਰਾਮ ਮਿਲਦਾ, ਦਵਾਈ ਲਈ ਤੁਰੰਤ ਆਰਾਮ ਮਿਲ ਜਾਂਦਾ। ਪਰ ਉਹਨਾਂ ਵਿੱਚ ਹੁੰਦਾ ਕੀ ਹੈ ਵੀ ਅਜਿਹੀ ਉਹਨਾਂ ਵਿੱਚ ਇੱਕ ਅਜਿਹੀ ਦਵਾਈ, ਪਰ ਉਹਨਾਂ ਵਿੱਚ ਕੋਈ ਅਜਿਹੀ ਦਵਾਈ ਨਹੀਂ ਹੈਗੀ ਜੋ ਸਾਡੇ ਜਿਹੜੇ ਫੇਫੜੇ ਨੇ ਉਹਨਾਂ ਦੇ ਨਸ਼ਟ ਹੋਏ ਭਾਗ ਨੂੰ ਦੁਬਾਰਾ ਬਣਾਵੇ। ਸਿਰਫ ਤੇ ਸਿਰਫ ਇੱਕ ਇਲੈਕਟਰੋ ਹੋਮਿਓਪੈਥੀ ਮੈਡੀਸਨ ਆ ਜਿਹਦੇ ਵਿੱਚ ਇੱਕ P2 ਨਾਂ ਦੀ ਦਵਾਈ ਆਉਂਦੀ ਆ ਜੋ ਜਿਹੜੇ ਸਾਡੇ ਫੇਫੜਿਆਂ ਦੇ ਨਸ਼ਟ ਹੋਏ ਭਾਗ ਨੂੰ ਦੁਬਾਰਾ ਬਣਾਉਣ ਦੀ ਤਾਕਤ ਰੱਖਦੀ ਆ। ਇਹ ਭਾਰਤ ਦੀ ਇੱਕ 5ਵੀਂ ਇਲਾਜ ਪ੍ਰਣਾਲੀ ਆ ਗੁਰਜੀਤ ਸਿੰਘ ਜੀ, ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਦਮੇ ਵਰਗੇ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦਾ ਮਾਦਾ ਰੱਖਦੀ ਆ। ਡਾਕਟਰ ਸਾਹਿਬ ਇਸ ਦਾ ਫਿਰ ਇੱਕ ਵਾਰੀ ਨਾਮ ਦੁਬਾਰਾ ਤੋਂ ਦੱਸ ਦਿਓ
ਤਾਂ ਜੋ ਹਾਂਜੀ ਗੁਰਜੀਤ ਸਿੰਘ ਜੀ ਮੈਂ ਦੱਸਦਾ ਇਹ ਐਲੋਪੈਥੀ ਇਲੈਕਟਰੋ ਹੋਮਿਓਪੈਥੀ ਡਾਕਟਰ ਨੇ ਜਿਹੜੇ ਇਸ ਮੈਡੀਸਨ ਨੂੰ ਵਰਤਦੇ ਨੇ ਭਾਰਤ ਦੇ ਵਿਚ ਬਹੁਤ ਇਸ ਪੈਥੀ ਦੀ ਘੱਟ ਅਜੇ ਵਰਤੋਂ ਹੋ ਰਹੀ ਹੈ ਪੀ ਟੂ ਨਾਂ ਦੀ ਦਵਾਈ ਆ ਜੋ ਦਮੇ ਦੇ ਮਰੀਜ਼ਾਂ ਵਾਸਤੇ ਵਰਤੀ ਜਾਂਦੀ ਆ ਤੇ ਜਦੋਂ ਮੈਂ ਹੁਣ ਤੁਹਾਨੂੰ ਇੱਕ ਦੱਸਦਾ ਵੀ ਜਦੋਂ ਸਾਨੂੰ ਖਾਂਸੀ ਹੁੰਦੀ ਆ ਦਵਾਈਆਂ ਖਾਂਸੀ ਨੂੰ ਦਵਾ ਦਿੰਦੀਆਂ ਨੇ ਖਾਂਸੀ ਦਬਣ ਦੇ ਨਾਲ ਕੀ ਹੁੰਦਾ ਹੈ ਜਿਹੜਾ ਉਹਦਾ ਫੋਕਟ ਪਦਾਰਥ ਹੁੰਦਾ ਹੈ ਉਹ ਜਿਹੜੀ ਸਾਡੀ ਸਾਹ ਵਾਲੀ ਨਾਲੀ ਮਤਲਬ ਝਿੱਲੀ ਹੁੰਦੀ ਹੈ ਉਹਦੇ ਵਿਚ ਇਕੱਠਾ ਹੋ ਜਾਂਦਾ ਜਦੋਂ ਇਕੱਠਾ ਹੋ ਕੇ ਜਦੋਂ ਬਾਅਦ ਵਿਚ ਕੀ ਹੁੰਦਾ ਹੈ ਜਦੋਂ ਪਦਾਰਥ ਇਕੱਠਾ ਹੋ ਜਾਂਦਾ ਉਹ ਇੱਕ ਦਮੇ ਦਾ ਕਾਰਨ ਬਣਦਾ ਪਰ ਜਿਹੜੀ ਸਾਡੀ ਦਵਾਈ ਪੀ ਟੂ ਨਾਂ ਦੀ ਦਵਾਈ ਇਸ ਤਰ੍ਹਾਂ ਦੇ ਫੋਕਟ ਪਦਾਰਥ ਨੂੰ ਬਾਹਰ ਕੱਢਦੀ ਆ ਅਤੇ ਜਿਹੜੀ ਸਾਹ ਨਾਲੀ ਦਾ ਰਸਤਾ ਤੰਗ ਹੁੰਦਾ ਉਹਨੂੰ ਤੰਗ ਹੋਣ ਤੋਂ ਬਚਾਉਂਦੀ ਆ ਇਸ ਜਿਹੜੀ ਸਾਡੀ ਇਹ ਦਵਾਈ ਹੈ ਪੀ ਟੂ ਨਾਂ ਦੀ ਦਵਾਈ ਆ ਉਸ ਦੇ ਨਾਲ ਅਸੀਂ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਮਿਲਾ ਕੇ ਇੱਕ ਡੋਲੂਸ਼ਨ ਤਿਆਰ ਕਰਦੇ ਹਾਂ ਜਿਵੇਂ ਹੋਮਿਓਪੈਥੀ ਵਾਲੇ ਤਿਆਰ ਕਰਦੇ ਨੇ ਉਹ ਦਮੇ ਵਰਗੀ ਭਿਆਨਕ ਬਿਮਾਰੀ ਤੋਂ ਉਹਦੇ ਨਾਲ ਛੁਟਕਾਰਾ ਪਾਇਆ ਜਾ ਸਕਦਾ ਇਹ ਸਾਡੀ ਆਪਣੀ ਦਵਾਈ ਆ ਇਲੈਕਟਰੋ ਹੋਮਿਓਪੈਥੀ ਜਿਹੜੀ ਭਾਰਤ ਦੀ ਅਜਿਹੀ ਇਲਾਜ ਪ੍ਰਣਾਲੀ ਆ ਠੀਕ ਹੈ ਹੈਲੋ ਹਾਂਜੀ ਹਾਂਜੀ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਨੁਕਸੇ ਰਹਿ ਗਏ ਜੀ ਆਪਣੇ ਹਾਂਜੀ ਗੁਰਜੀਤ ਸਿੰਘ ਜੀ ਲਾਸਟ ਵਿਚ ਮੈਂ ਆਪਣੇ ਸਰੋਤਿਆਂ ਨੂੰ ਕੁਝ ਜਿਹੜੇ ਘਰੇਲੂ ਨੁਸਖੇ ਆ ਉਹ ਲਿਖਾਉਣ ਲੱਗੇ ਜੋ ਆਯੁਰਵੈਦਿਕ ਨਾਲ ਸੰਬੰਧਿਤ ਨੇ ਜਿੱਦਾਂ ਹੁੰਦਾ ਕੰਠਕਾਰੀ ਅਵਲੇ ਹੁੰਦਾ ਪੀਣ ਵਾਲੀ ਦਵਾਈ ਆ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਕੰਠਕਾਰੀ ਅਵਲੇ ਉਹਦਾ ਇੱਕ ਚਮਚ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੋਸੇ ਪਾਣੀ ਨਾਲ ਲਓ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਸਾਹ ਵੀ ਠੀਕ ਹੁੰਦਾ ਜਿਹੜੀ ਸਾਡੇ ਅੰਦਰ ਜੰਮੀ ਹੋਈ ਖਾਂਸੀ ਮਤਲਬ ਬਲਗਮ ਜੰਮੀ ਹੁੰਦੀ ਆ ਉਹ ਬਾਹਰ ਨਿਕਲਦੀ ਆ ਠੀਕ ਹੁੰਦਾ ਇਹਦੇ ਨਾਲ ਹੋਰ ਕੀ ਕਰਨਾ ਇੱਕ ਗੋਲੀ ਆਉਂਦੀ ਆ ਸਵਾਸ ਕੋਠਾਰ ਰਸ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਉਸੇ ਪਾਣੀ ਨਾਲ ਦੇਣੀ ਆ ਜਿਹੜੇ ਦਮੇ ਦੇ ਰੋਗ ਨੂੰ ਘਟਾਉਂਦੀ ਆ ਇਹ ਜਿਹੜੀ ਜੰਮੀ ਹੋਈ ਬਲਗਮ ਆ ਉਹ ਬਾਹਰ ਕੱਢਦੀ ਆ ਜਿਹੜਾ ਦਮੇ ਦਾ ਮਰੋਗੀ ਹੁੰਦਾ ਉਹਦੇ ਜਦੋਂ ਅੰਦਰ ਬਲਗਮ ਜੰਮਦੀ ਆ ਉਹਨੂੰ ਫੇਰ ਹੀ ਸਾਹ ਲੈਣ ਚ ਤੰਗੀ ਆਉਂਦੀ ਆ ਜਦੋਂ ਉਹਦੀ ਬਲਗਮ ਨਿਕਲ ਗਈ ਪਤਲੀ ਹੋ ਗਈ ਦਵਾਈ ਦੇ ਨਾਲ ਉਹਨੂੰ ਨਾਲ ਦੀ ਨਾਲ ਸਾਹ ਲੈਣਾ ਸੌਖਾ ਹੋ ਜਾਂਦਾ ਉਸ ਤੇ ਅੱਗੇ ਆ ਜਾਂਦਾ ਜੀ ਇੱਕ ਜਿੱਦਾਂ ਹੁਣ ਆਪਾਂ ਤੁਲਸੀ ਬਾਰੇ ਆਪਾਂ ਆਮ ਹੀ ਗੱਲ ਕਰਦੇ ਰਹਿ ਰਹੇ ਹਾਂ ਇੱਕ ਤੁਲਸੀ ਹੋ ਗਈ ਇੱਕ ਅਦਰਕ ਹੋ ਗਿਆ ਲੌਂਗ ਹੋ ਗਿਆ ਇਹਨੂੰ ਆਪਾਂ ਚਾਹ ਚ ਉਬਾਲੋ ਚਾਹ ਚ ਉਬਾਲ ਜਿਹੜਾ ਉਬਾਲ ਕੇ ਜਿਹੜਾ ਦਮੇ ਦਾ ਰੋਗੀ ਹੁੰਦਾ ਉਹਨੂੰ ਘੱਟੋ ਘੱਟ ਆਪਾਂ ਦਿਹਾੜੀ ਚ ਤਿੰਨ ਚਾਰ ਵਾਰ ਪਿਲਾ ਸਕਦੇ ਹਾਂ ਗਰਮ ਗਰਮ ਚਾਹ ਉਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਛੇਤੀ ਰਾਹਤ ਮਿਲਦੀ ਆ ਗਰਮ ਚਾਹ ਦੇ ਨਾਲ ਰੋਗੀ ਨੂੰ ਕੀ ਹੁੰਦਾ ਇੱਕ ਤਾਂ ਜਿਹੜੀ ਉਹਦੇ ਅੰਦਰ ਸੋਜ ਆਈ ਹੁੰਦੀ ਆ ਕੋਸੀ ਚਾਹ ਜਾਂ ਗਰਮ ਚਾਹ ਦੇ ਨਾਲ ਉਹਦੀ ਸਵੈਲਿੰਗ ਘਟਦੀ ਆ ਉਹਦੇ ਵਿੱਚ ਜਿੱਦਾਂ ਤੁਲਸੀ ਅਦਰਕ ਲੌਂਗ ਪਾਇਆ ਹੈ ਉਹਦੇ ਨਾਲ ਉਹਨੂੰ ਹੋਰ ਵੀ ਰਾਹਤ ਮਿਲਦੀ ਆ ਇੱਕ ਲਾਸਟ ਮੈਂ ਹੋਰ ਲਿਖਾ ਰਿਹਾ ਇੱਕ ਹੁੰਦਾ ਸਿਤੋ ਪਲਾਬੀ ਚੂਰਨ ਹੁੰਦਾ ਗੁਰਜੀਤ ਸਿੰਘ ਜੀ ਉਹਦਾ ਇੱਕ ਇੱਕ ਚਮਚ ਇੱਕ ਇੱਕ ਗ੍ਰਾਮ ਜਾਂ ਦੋ ਦੋ ਗ੍ਰਾਮ ਦੀ ਮਾਤਰਾ ਲੈ ਕੇ ਉਹਨੂੰ ਸ਼ਹਿਦ ਵਿੱਚ ਮਿਲਾ ਕੇ ਇੱਕ ਚਮਚ ਸ਼ਹਿਦ ਚ ਮਿਲਾ ਕੇ ਉਹਨੂੰ ਸਵੇਰੇ ਸ਼ਾਮ ਦੋ ਉਹਦੇ ਨਾਲ ਜਿਹੜੇ ਰੋਗੀ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਦਮੇ ਦੇ ਰੋਗੀ ਨੇ ਬਹੁਤ ਹੀ ਛੇਤੀ ਆਰਾਮ ਮਿਲਦਾ ਪਰ ਜੇ ਆਪਾਂ ਅੱਜ ਗੱਲ ਕਰੀਏ ਤੁਰੰਤ ਇਲਾਜ ਲਈ ਉਹਦੇ ਲਈ ਜਿਵੇਂ ਅੱਜ ਕੱਲ ਆਮ ਘਰਾਂ ਵਿੱਚ ਸਾਹ ਵਾਲਾ ਪੰਪ ਲੈਂਦੇ ਆ ਇਹੋ ਜਿਹੇ ਰੋਗੀਆਂ ਵਾਸਤੇ ਘਰ ਪੰਪ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਿਲਕੁਲ ਜਿਹੜੇ ਕਿ ਡਾਕਟਰ ਸਾਹਿਬ ਕੁੱਲ ਮਿਲਾ ਕੇ ਡਾਕਟਰ ਸਾਹਿਬ ਦੀ ਰਾਏ ਦੇ ਨਾਲ ਜੇਕਰ ਕੋਈ ਵੀ ਮਰੀਜ਼ ਹੈ ਸਾਹ ਦਾ ਤਾਂ ਉਹ ਕਿਸੇ ਵੀ ਆਪਣੇ ਡਾਕਟਰ ਸਾਹਿਬ ਨਾਲ ਰਾਏ ਕਰਨ ਤੇ ਉਹ ਜਿਹੜਾ ਇਹ ਸਾਹ ਵਾਸਤੇ ਪੰਪ ਦਿੱਤਾ ਜਾਂਦਾ ਉਹ ਆਪਣੇ ਘਰਾਂ ਦੇ ਵਿੱਚ ਜ਼ਰੂਰ ਰੱਖੋ ਤਾਂ ਜੋ ਮੌਕੇ ਦੇ ਉੱਤੇ ਕਿਤੇ ਨਾ ਕਿਤੇ ਉਸ ਇਨਸਾਨ ਨੂੰ ਅਸੀਂ ਸਾਹ ਲੈਣ ਤੋਂ ਸੌਖਾ ਕਰ ਸਕੀਏ ਕਿਉਂਕਿ ਕਿਤੇ ਕਿਤੇ ਨਾ ਕਿਤੇ ਜਿਸ ਇਨਸਾਨ ਨੂੰ ਸਾਹ ਚੜਦਾ ਤਾਂ ਬਹੁਤ ਜੜਦਾ ਔਖਾ ਹੁੰਦਾ ਤੇ ਉਸ ਸਮੇਂ ਬੰਦੇ ਨੂੰ ਸਿਰਫ ਜ਼ਿੰਦਗੀ ਦੇ ਵਿੱਚ ਉਸ ਇਨਸਾਨ ਨੂੰ ਹੀ ਦੇਖਦਾ ਜੋ ਉਸ ਨੂੰ ਸਾਹ ਦਵਾ ਦੇ ਬਿਲਕੁਲ ਜੀ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਵਿਚਾਰਾਂ ਦੇ ਨਾਲ ਸਾਰੇ ਸਰੋਤਿਆਂ ਨੂੰ ਬਹੁਤ ਅਹਿਮ ਵਿਸ਼ਾ ਦਮੇ ਦੇ ਉੱਤੇ ਅਹਿਮ ਜਾਣਕਾਰੀ ਦਿੱਤੀ ਗੁਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਦਾ ਧੰਨਵਾਦ ਕਰਦਾ ਚੰਨ ਪ੍ਰਦੇਸੀ ਰੇਡੀਓ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਰੱਬ ਵਰਗੇ ਸਰੋਤਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਠੀਕ ਹੈ ਔਰ ਜੋ ਮੇਰੀ ਆਪਣੀ ਨੌਲੇਜ ਆ ਉਹ ਮੈਂ ਸ਼ੇਅਰ ਕਰਦਾ ਜੇ ਮੇਰੇ ਕੁਛ ਟਾਈਮ ਕੱਢਣ ਦੇ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਮੈਂ ਰੱਬ ਅੱਗੇ ਇਹੀ ਅਰਦਾਸ ਕਰਦਾ ਵੀ ਪਰਮਾਤਮਾ ਇਹੋ ਜਿਹਾ ਸਮਾਂ ਮੈਨੂੰ ਰੋਜ਼ ਦਵੇ ਤੇ ਲਾਸਟ ਦੇ ਵਿੱਚ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਨੰਬਰ ਫੇਰ ਦੱਸਦਾ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦਾ ਜੀ ਹਾਂਜੀ ਨੰਬਰ ਨੋਟ ਕਰ ਲਿਓ ਜੀ 9463140294 94631 4294 ਇਹੀ ਮੇਰਾ ਵਟਸਐਪ ਨੰਬਰ ਆ ਇਹੀ ਮੋਬਾਇਲ ਨੰਬਰ ਆ
ਕਿਸੇ ਵੀ ਸਰੋਤੇ ਨੂੰ ਜਦੋਂ ਵੀ ਕਦੇ ਵੀ ਜ਼ਰੂਰਤ ਮੇਰੇ ਤੱਕ ਜ਼ਰੂਰਤ ਪਵੇ ਤਾਂ ਡਾਕਟਰ ਸ਼ੇਰ ਸਿੰਘ ਮੰਡੇਰ ਤੁਹਾਡੇ ਲਈ ਹਾਜ਼ਰ ਹੈ ਜੀ। ਮਿਹਰਬਾਨੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਨਾਲ ਨਾਲ ਸਾਰੇ ਸਰੋਤਿਆਂ ਨੂੰ ਮੈਂ ਦੱਸਦਾ ਜੀ ਵੀ ਅੱਜ ਡਾਕਟਰ ਸਾਹਿਬ ਦੀ ਕੁਛ ਸਿਹਤ ਠੀਕ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਸਰੋਤਿਆਂ ਦੇ ਰੂਬਰੂ ਹੋਊਂਗਾ ਪਰ ਮੈਂ ਕਹਿੰਦਾ ਵੀ ਔਖਾ ਜ਼ਰੂਰ ਹੋ ਸਕਦਾ ਪਰ ਕਿਤੇ ਨਾ ਕਿਤੇ ਉਹ ਸਰੋਤਿਆਂ ਦਾ ਪਿਆਰ ਹੈ ਜਿਹੜਾ ਉਸ ਤੋਂ ਮੈਂ ਦੂਰ ਨਹੀਂ ਹੋ ਸਕਦਾ। ਤਹਿ ਦਿਲੋਂ ਧੰਨਵਾਦ ਡਾਕਟਰ ਸਾਹਿਬ ਤੇ ਜਾਂਦੇ ਜਾਂਦੇ ਤੁਹਾਡੇ ਸਾਰੇ ਸਰੋਤਿਆਂ ਵਾਸਤੇ ਇੱਕ ਬੇਨਤੀ ਕਿ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਰੇਡੀਓ ਚੰਨ ਪਰਦੇਸੀ ਦੇ ਮਾਧਿਅਮ ਰਾਹੀਂ ਜ਼ਰੂਰ ਦੱਸਿਓ ਤੇ ਇੱਕ ਸਾਰੇ ਸਰੋਤਿਆਂ ਨੂੰ ਹੋਰ ਜਾਣਕਾਰੀ ਜੀ ਕਿ ਰੇਡੀਓ ਚੰਨ ਪਰਦੇਸੀ ਦੇ ਕੁਝ ਪ੍ਰੋਗਰਾਮ ਜਿਵੇਂ ਆਪਣਾ ਜਤਿੰਦਰ ਪੰਨੂ ਜੀ ਸਿੱਧੂ ਲਾਈਵ ਸ਼ੋਅ ਨਵਜੀਤ ਭਾਜੀ ਇਹਨਾਂ ਸਾਰਿਆਂ ਦੇ ਜਿੰਨੇ ਵੀ ਸ਼ੋਅ ਨੇ ਜੀ ਉਹ ਸ਼ੋਅ ਡੇ ਬਾਈ ਡੇ ਲਾਈਵ ਹੋ ਰਹੇ ਨੇ ਹੁਣ ਫੇਸਬੁੱਕ ਤੇ ਯੂਟਿਊਬ ਦੇ ਉੱਤੇ ਫੇਸਬੁੱਕ ਤੇ ਇਕੱਠੇ ਲਾਈਵ ਤੁਸੀਂ ਉਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਦੇਖ ਸਕਦੇ ਹੋ ਤੇ ਨਾਲ ਨਾਲ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਂਝ ਵੀ ਪਾ ਸਕਦੇ ਹੋ ਤਾਂ ਜੋ ਅਸੀਂ ਤੁਹਾਡੇ ਨਾਲ ਨਾਲ ਉਹਨਾਂ ਦੇ ਨਾਲ ਵੀ ਜੁੜ ਸਕੀਏ ਤੇ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਰੇਡੀਓ ਚੰਨ ਪਰਦੇਸੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਐਡਵਰਟਾਈਜਮੈਂਟ ਕਰਨਾ ਚਾਹੁੰਦਾ ਤਾਂ ਕਾਲ ਕਰ ਸਕਦੇ ਜੀ ਸਰਵਨ ਟਿਵਾਣਾ ਜੀ ਨੂੰ ਨੰਬਰ ਹੈ ਜੀ 219-670-4579 ਤੇ ਨਾਲ ਨਾਲ ਸਾਂਝ ਪਾ ਸਕਦੇ ਹੋ ਦਰਸ਼ਨ ਬਸਰਾਓ ਜੀ ਦੇ ਨਾਲ 815-557-5949 ਹੁਣ ਤੁਸੀਂ ਆਪਣੇ ਦੋਸਤ ਤੇ ਹੋਸਟ ਗੁਰਜੀਤ ਸਿੰਘ ਨੂੰ ਦਿਓ ਇਜਾਜ਼ਤ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਕਿਤੇ ਨਾ ਕਿਤੇ ਜਦੋਂ ਵੀ ਕੋਈ ਬਿਮਾਰੀ ਆਉਂਦੀ ਹੈ ਉਸ ਦਾ ਇਲਾਜ ਵੀ ਸੰਭਵ ਹੁੰਦਾ ਪਰ ਉਸ ਇਲਾਜ ਨੂੰ ਜੇਕਰ ਅਸੀਂ ਸੰਭਵ ਕਰ ਸਕਦੇ ਹਾਂ ਤਾਂ ਸਿਰਫ ਤੇ ਸਿਰਫ ਕੁਛ ਆਪਣੇ ਪਰਹੇਜ਼ਾਂ ਕਰਕੇ ਆਪਣੇ ਆਪ ਖਾਣ ਪੀਣ ਦੇ ਉੱਤੇ ਪਰਹੇਜ਼ ਰੱਖੋ ਤੇ ਦਮੇ ਵਰਗੇ ਇਸ ਬਿਮਾਰੀ ਤੋਂ ਤੁਸੀਂ ਨਿਜਾਤ ਪਾ ਸਕਦੇ ਹੋ। ਹੁਣ ਤੁਹਾਡੇ ਸਾਰਿਆਂ ਵਾਸਤੇ ਜਾਂਦੇ ਜਾਂਦੇ ਇੱਕ ਗੀਤ ਜ਼ਿੰਦਗੀ ਜ਼ਿੰਦਾਬਾਦ ਰੱਬ ਰਾਖਾ ਤੇ ਇਹ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਕੁਲਬੀਰ ਬਰਾੜ ਜੀ ਨੇ ਬਠਿੰਡਾ ਤੋਂ ਉਹਨਾਂ ਦੀ ਫਰਮਾਇਸ਼ ਦੇ ਉੱਤੇ ਇਹ ਗੀਤ।